ਤੁਸੀਂ ਇੱਦਾਂ ਕਰੋ, ਮੈਂ ਸਿਕਿਉਰਟੀ ਵਾਲੇ ਨੂੰ ਬੇਨਤੀ ਕਰਦਾ, ਆਹ ਜਿਹੜਾ ਰਸਤਾ ਖਾਲੀ ਪਿਆ ਇੱਧਰ ਭੇਜ ਦਿਓ ਨਾ, ਅੱਗੇ ਭੇਜ ਦਿਓ, ਆਪਣੇ ਨੇ ਕੋਈ ਬਗਾਨੇ ਨਹੀਂ ਹੈਗੇ, ਅੱਗੇ ਆ ਜਾਣਗੇ ਉਹਨਾਂ ਨੂੰ, ਇੱਧਰ ਨੂੰ ਆ ਜਾਣ ਦਿਓ, ਆ ਜਾਣ ਦਿਓ, ਆ ਜਾਣ ਦਿਓ, ਅੱਗੇ ਤੱਕ ਆ ਜਾਣ ਦਿਓ, ਆਹ ਕੈਮਰੇ ਤੱਕ ਆ ਜਾਣ ਦਿਓ, ਆਹ ਕੈਮਰਾ ਜਿੱਥੇ, ਆ ਜਾਣ ਦਿਓ, ਆ ਜਾਣ ਦਿਓ, ਇੱਥੇ ਬਹਿ ਜਾਓ, ਅੱਗੇ ਆਰਾਮ ਨਾਲ ਬੈਠੋ, ਇੱਥੇ ਅੱਗੇ ਬਹੁਤ ਹਜੇ ਤਾਂ ਆ ਰਹੇ ਨੇ ਲੋਕ ਲਾਈਨਾਂ ਬੰਨ ਕੇ, ਇਹ ਤਾਂ ਕਿਸਮਤ ਵਾਲੇ ਆ ਕਿ ਆਪਣੇ ਤਾਂ ਮੈਰਿਜ ਪੈਲਸ ਵੀ ਓਵਰ ਕਰਾਊਡ ਓਵਰ ਫੁੱਲ ਹੋਈ ਜਾਂਦੇ ਆ, ਉੱਥੇ ਸੁਖਬੀਰ ਬਾਦਲ ਨੂੰ ਬੰਦਾ ਨਹੀਂ ਥੇ ਆਉਂਦਾ, ਖਾਲੀ ਦੁਕਾਨਾਂ ਨੂੰ ਐਂ ਕਰਦਾ ਫਿਰਦਾ ਰਹਿੰਦਾ, ਉਹ ਬੈਠ ਜਾਓ ਇੱਥੇ, ਬਿਠਾ ਲਓ ਇੱਥੇ, ਬਿਠਾ ਲਓ, ਆਰਾਮ ਨਾਲ ਬਹਿ ਜਾਓ, ਹਾਂ ਕੋਈ ਨਹੀਂ, ਬੈਠ ਜਾਓ, ਬੈਠ ਜਾਓ, ਆ ਸਿਕਿਉਰਟੀ ਵਾਲੇ ਵੀ ਇਹਨਾਂ ਨੂੰ ਬੇਨਤੀ ਕਰਦਾ ਕਿ ਥੋੜ੍ਹਾ ਇੱਧਰ ਰਹਿ ਜਾਓ, ਆਪਣੇ ਹੀ ਨੇ ਤੁਸੀਂ ਵੀ ਥੋੜ੍ਹਾ ਤੁਰ ਫਿਰ ਕੇ, ਕਿਉਂਕਿ ਸਾਰਿਆਂ ਨੂੰ ਨਜ਼ਰ ਆਵੇ, ਆਪਣੇ ਹੀ ਲੋਕ ਨੇ, ਬਗਾਨੇ ਨਹੀਂ ਹੈਗੇ, ਹਾਂ ਥੋੜ੍ਹਾ ਤੁਰ ਫਿਰ ਕੇ, ਹਾਂਜੀ ਆਰਾਮ ਨਾਲ ਬੈਠੋ, ਆਰਾਮ ਬੈਠੋ, ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ, ਵਾਹਿਗੁਰੂ ਜੀ ਕਾ ਖਾਲਸਾ, ਧੂਰੀ ਦੀ ਸਾਡੀ ਟੀਮ ਬੈਠੀ ਹੈ ਸਾਰੀ, ਸਾਡੇ ਐਮਐਲਏ ਸਾਹਿਬਾਨ ਬੈਠੇ ਹੈ, ਕੁਲਵੰਤ ਪੰਡੋਰੀ ਮਹਿਲ ਕਲਾਂ ਤੋਂ ਐਮਐਲਏ ਬੈਠੇ ਹੈ, ਸਾਡੇ ਭਦੌੜ ਤੋਂ ਲਾਭ ਸਿੰਘ ਉੱਗੋ ਕੇ ਬੈਠੇ ਹੈ, ਢਿੱਲੋਂ ਸਾਹਿਬ ਬੈਠੇ ਹੈ, ਡਾਕਟਰ ਅਨਵਰ ਬੈਠੇ ਹੈ, ਸਿੱਧੂ ਸਾਹਿਬ ਬੈਠੇ ਹੈ, ਸਿੱਖੋਂ ਸਾਹਿਬ ਬੈਠੇ ਹੈ, ਸਰ ਅਮਰਪਾਲ ਹੋਈ ਬੈਠੇ ਹੈ, ਨੇਮਚੰਦ ਚੌਧਰੀ, ਸਾਰਿਆਂ ਨੂੰ ਮੈਂ, ਗੁਰਮੇਲ ਬੈਠਾ, ਸਾਰਿਆਂ ਨੂੰ ਜਾਣਨਾ, ਚੱਟਾ ਸਾਹਿਬ ਬੈਠੇ ਹੈ, ਸਾਰਿਆਂ ਨੂੰ ਬਾਈ ਨੇਮ ਜਾਣਦੇ ਹਾਂ, ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਸੀਂ ਬੈਠੇ ਹੋ ਇੰਨੀ ਭਾਰੀ ਗਿਣਤੀ 'ਚ, ਔਰ ਪਿਛਲੀ ਵਾਰ ਵਿਚਾਰਕ ਮਤਭੇਦ ਸੀ, ਲੜਾਈ ਲੜੀ ਆਪਣੀ ਪਾਰਟੀ ਵੱਲੋਂ ਉਹਨਾਂ ਨੇ, ਪਰ ਉਹਨਾਂ ਨੇ ਕਿਹਾ ਕਿ ਮੈਂ ਇੱਥੋਂ ਇਹਨਾਂ ਦੀ ਪਾਰਟੀ ਵਾਲੇ ਨਖਰੇ ਨਹੀਂ ਚੱਲੇ ਜਾਂਦੇ, ਮੈਨੂੰ ਤਾਂ ਲੋਕਾਂ ਨੇ ਵੀ ਕਿਹਾ ਅਤੇ ਲੋਕ ਵੀ ਇਹੀ ਕਹਿੰਦੇ ਨੇ, ਮੇਰਾ ਦਲਵੀਰ ਗੋਲਡੀ ਵੀ ਆਪਣੇ ਨਾਲ ਬੈਠਾ, ਵੀ ਜਿਹੜੇ ਪਹਿਲਾਂ ਆਪਣੇ ਨਾਲ ਵਿਚਾਰਕ ਮਤਭੇਦ ਸੀ, ਕੋਈ ਗੱਲ ਨਹੀਂ, ਉਹ ਚੱਲਦੇ ਰਹਿੰਦੇ ਆ, ਔਰ ਸਭ ਤੋਂ ਵਧੀਆ ਗੱਲ ਇਹ ਹੈ ਇਹਨਾਂ ਨੇ ਮੈਨੂੰ ਇਹ ਕਿਹਾ ਕਿ ਮਾਨ ਸਾਹਿਬ ਮੈਂ ਵਲੰਟੀਅਰਾਂ ਦੀ ਲਾਈਨ 'ਚ ਸਭ ਤੋਂ ਮਗਰਲੇ ਪਾਸੇ ਲੱਗੂੰਗਾ, ਕਿਉਂਕਿ ਮੈਂ ਸਭ ਤੋਂ ਬਾਅਦ 'ਚ ਆਇਆ ਹੋਇਆ, ਸਭ ਤੋਂ ਮਗਰ ਖੜੂੰਗਾ, ਸੋ ਵੀਰੋ ਆਪਣੀ ਪਾਰਟੀ ਜਿਸ ਤਰੀਕੇ ਨਾਲ ਵੱਧ ਰਹੀ ਹੈ ਦੇਸ਼ 'ਚ, ਮੋਦੀ ਹੋਰਾਂ ਦੀ ਫਰਸਟ੍ਰੇਸ਼ਨ ਉਵੇਂ ਜਿਵੇਂ ਵੱਧ ਰਹੀ ਹੈ, ਆਪਾਂ ਮੈਂ ਸਾਰੇ ਪੰਜਾਬ 'ਚ ਗਿਆ, ਕੱਲ ਮੈਂ ਉੱਧਰ ਸੀ ਅਬੋਹਰ, ਗਿੱਦੜਵਾ, ਰਾਮਪੁਰਾ ਫੂਲ, ਰਾਤ ਬਰਨਾਲੇ ਸੀ, ਬੜਾ ਇਕੱਠ ਬਰਨਾਲੇ, ਰਾਤ 8 ਵਜੇ 8:30 ਵਜੇ, ਹੁਣ ਇਹ ਤੋਂ ਬਾਅਦ ਜਾਊਂਗਾ ਪਾਤੜਾਂ, ਲਹਿਰਾ, ਦਿੜਬਾ, ਨਾਭਾ, ਜਿੰਨਾ ਚਿਰ ਇਹਨਾਂ ਦੀ ਜੜ ਨਹੀਂ ਪੱਟਦਾ ਉਹਨਾਂ ਚਿਰ ਮੈਂ ਥੱਕਦਾ ਨਹੀਂ, ਇਹਨਾਂ ਨੇ 2-3 ਪੀੜ੍ਹੀਆਂ ਖਾ ਲਈਆਂ ਸਾਡੀਆਂ, ਬਚਪਨ ਖਾ ਗਏ, ਜਵਾਨੀ ਖਾ ਗਏ, ਬੁਢਾਪਾ ਖਾ ਗਏ, ਹਜੇ ਨਹੀਂ ਰੱਜੇ, ਸੋ ਵੀਰੋ ਆ ਪਹਿਲੀ ਵਾਰ ਹੈ ਕਿ 90% ਲੋਕ ਮੈਨੂੰ ਮਨਾਉਣ ਜਾਣ, ਮੁੰਡੇ ਬਾਈ ਜੀ ਕਹਿ ਕੇ ਬੁਲਾਉਂਦੇ ਆ, ਪਹਿਲੀ ਵਾਰ ਮੁੱਖ ਮੰਤਰੀ ਨੂੰ ਬੇਪੁੱਤ, ਭਤੀਜਾ, ਛੋਟਾ ਵੱਡਾ ਭਾਈ ਕਹਿ ਕੇ ਬੁਲਾਉਂਦੇ ਆ,
ਨਹੀਂ ਤਾਂ ਪਹਿਲਾਂ ਕਾਕਾ ਜੀ, ਰਾਜਾ ਸਾਹਿਬ, ਰਜਵਾੜੇ, ਬੀਬਾ ਜੀ ਲੈ। ਅੱਛਾ ਇਹਨਾਂ ਵਾਲੀਆਂ ਬੀਬਾ ਜੀ ਸਾਡੇ ਵਾਲੀਆਂ, ਭੋਲੇ ਵਾਲੀ, ਮੇਰੇ ਵਾਲੀ, ਤੇਰੇ ਵਾਲੀ, ਸ਼ੇਰੇ ਵਾਲੀ, ਇਹਨਾਂ ਵਾਲੀਆਂ ਬੀਬਾ ਜੀ ਹੱਦ ਹੈ। ਸੋ ਵੀਰੋ ਆਮ ਲੋਕਾਂ ਨੂੰ ਮਾਣ ਇੱਜ਼ਤ ਮਿਲਣਾ ਸ਼ੁਰੂ ਹੋਇਆ ਹੁਣ, ਹੁਣ ਇਹਨਾਂ ਨੂੰ ਲੋਕਾਂ ਦੀ ਕਦਰ ਪਤਾ ਲੱਗੀ ਹੈ, ਨਹੀਂ ਪਹਿਲਾਂ ਤਾਂ ਨਿਕਲਦੇ ਨਹੀਂ ਸੀ ਬਾਹਰ। ਇਹ ਕੀ ਕਰਦੇ ਸੀ, ਮੁੱਖ ਮੰਤਰੀ ਬਣ ਕੇ ਆਪਣੇ ਮਹਿਲਾਂ ਦੇ ਦਰਵਾਜ਼ੇ ਦੀ ਕੁੰਡੀ ਅੰਦਰੋਂ ਲਾ ਲੈਂਦੇ ਸੀ ਵੀ ਲੋਕ ਨਾ ਆਉਣ, ਪੌਣੇ ਕੁ ਪੰਜ ਸਾਲ ਬਾਅਦ ਖੋਲਦੇ ਸੀ ਵੋਟਾਂ ਵੇਲੇ। ਜਦੋਂ 22 ਵੇਲੇ ਅੰਦਰੋਂ ਖੋਲੀ, ਬੜੇ ਧੱਕੇ ਜੇ ਖਿੱਚਿਆ ਗੇਟ, ਗੇਟ ਨਾ ਖੁੱਲਿਆ, ਕਹਿੰਦੇ ਕੀ ਗੱਲ ਹੋ ਗਈ, ਉਹ ਕਹਿੰਦੇ ਜੀ ਲੋਕ ਲਾ ਗਏ ਬਾਹਰੋਂ, ਹੁਣ ਉਹਨਾਂ ਘਰਾਂ 'ਚ ਬੈਠੇ ਰਹੋ, ਲੋਕ ਬਾਹਰੋਂ ਕੁੰਡਾ ਲਾ ਗਏ ਐਤਕੀ, ਇਹ ਐਂ ਕੁੰਡੇ ਲਾਉਣੇ ਪੈਣੇ ਇਹਨਾਂ ਨੂੰ, ਫਿਰ ਠੀਕ ਆਉਣੇ ਆ ਇਹ। ਮੈਂ ਗਿਆ ਸਾਰੇ ਪੰਜਾਬ 'ਚ, ਅਜਨਾਲੇ ਗਿਆ ਮੈਂ, ਫਤਿਹਗੜ੍ਹ ਚੂੜੀਆਂ, ਕਾਦੀਆਂ, ਅੰਮ੍ਰਿਤਸਰ, ਪਠਾਨਕੋਟ, ਦੀਨਾ ਨਗਰ, ਸਾਰੇ ਪੰਜਾਬ 'ਚ ਇਹੀ ਗੱਲ ਚੱਲ ਰਹੀ ਹੈ। ਕਹਿੰਦੇ ਜੀ 13-0 ਤੇ ਮੰਨ ਜਾਂਗੇ, ਬਹੁਤ ਦੁਖੀ ਆਏ ਪਏ ਆ ਇਹਨਾਂ ਤੋਂ, 13 ਆਪਣੇ ਇੱਥੋਂ ਹੋ ਜਾਣਗੇ, 7 ਆਪਣੇ ਹੈਗੇ ਨੇ ਪਹਿਲਾਂ, ਰਾਜਸਭਾ 'ਚ 20 ਹੋ ਗਏ, 5 ਕਰੋੜ ਰੁਪਇਆ ਇੱਕ ਸਾਲ ਦਾ ਮਿਲਦਾ, 100 ਕਰੋੜ ਤਾਂ ਇਕੱਲੇ ਐਮਪੀਆਂ ਵਾਲਾ ਆਇਆ ਕਰੂ ਇੱਥੇ, 100 ਕਰੋੜ ਰੁਪਇਆ ਇਕੱਲੇ ਐਮਪੀਆਂ ਦਾ ਇੱਕ ਸਾਲ 'ਚ, ਫਿਰ ਕੰਮ ਕਰਨ ਦਾ ਨਜ਼ਾਰਾ ਆਊਗਾ ਬਾਈ। ਮੈਨੂੰ ਬਹੁਤ ਲੋਕ ਬਜ਼ੁਰਗ ਮਿਲਦੇ ਨੇ, ਕਹਿੰਦੇ ਪੁੱਤ 40 ਸਾਲ ਬਾਅਦ ਸਾਡੇ ਪਿੰਡ ਕੱਸੀ ਦਾ ਪਾਣੀ ਆਇਆ, ਕੋਈ ਕਹਿੰਦਾ 35 ਸਾਲ ਬਾਅਦ ਪਾਣੀ ਆਇਆ ਜੀ, ਦੇਖਿਆ ਧੂਰੀ 'ਚ ਪਾਈਪਾਂ ਪੈ ਰਹੀਆਂ ਬਹੁਤ ਵੱਡੇ ਪੱਧਰ 'ਤੇ। ਧੂਰੀ ਤਾਂ ਮੇਰਾ ਦਿਲ ਦਾ ਰਿਸ਼ਤਾ ਹੈ, ਧੂਰੀ ਤੋਂ ਤਾਂ ਧੂਰੀ ਵਾਲੇ ਤਾਂ ਮੈਨੂੰ ਜਿਹੜੇ ਨੇ ਉਹ ਬਾਂਹ ਫੜ ਕੇ ਰੋਕ ਸਕਦੇ ਨੇ, ਮੈਂ ਨੁਮਾਇੰਦਾ ਉਹਨਾਂ ਦਾ, ਮੈਂ MLA ਹਾਂ, ਸੋ ਧੂਰੀ ਲਈ ਮੇਰਾ ਵਿਸ਼ੇਸ਼ ਪਿਆਰ ਹੈ। ਸੰਗਰੂਰ ਤਾਂ ਪਹਿਲਾਂ ਹੀ ਪਿਆਰ ਹੈ 14 ਵੇਲੇ ਦਾ, ਧੂਰੀ ਨੇ ਫਿਰ ਥੋੜ੍ਹਾ ਜ਼ਿਆਦਾ ਕਰ ਲਿਆ, ਹੁਣ ਇੰਨਾ ਕੁ ਤਾਂ ਬਣਦਾ ਹੀ ਹੈ ਫਿਰ, ਧੂਰੀ ਤਾਂ ਮੇਰੇ ਪੇਕੇ ਹੋ ਗਏ ਨਾ ਫਿਰ ਹੁਣ, ਸੋ ਪੇਕਿਆਂ ਦਾ ਇੰਨਾ ਕੁ ਹੱਕ ਤਾਂ ਬਣਦਾ ਹੀ ਹੈ ਫਿਰ। ਸੋ ਵੀਰੋ ਬਿਲਕੁਲ ਪਰਵਾਹ ਨਾ ਕਰਿਓ, 4 ਤਰੀਕ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਖਤਮ, ਮੇਰੀ ਸ਼ੁਰੂ, ਕੰਮ ਕਰਨ ਦਾ ਨਜ਼ਾਰਾ ਆਊਗਾ ਦੇਖਿਓ ਸਹੀ। ਪਹਿਲਾਂ ਇਹਨਾਂ ਦੇ ਮੂੰਹ ਬੰਦ ਕਰੀਏ, ਆ ਤੜਕੀ ਉੱਠ ਕੇ ਮੈਨੂੰ ਗਾਲਾਂ ਦੇਣ ਲੱਗ ਜਾਂਦੇ ਆ, ਉਹ ਬੜੀ ਮੁਸ਼ਕਲ ਨਾਲ ਤਾਂ ਸਾਡੇ ਮਾਲਵੇ ਵਾਲਿਆਂ ਕੋਲੇ, ਸਾਡੇ ਸੰਗਰੂਰ ਵਾਲਿਆਂ ਕੋਲੇ ਸ਼ਕਤੀ ਆਈ ਹੈ, ਤੁਸੀਂ ਆ ਕੇ ਹੋ ਭੁਲੱਥ ਤੋਂ ਆ ਕੇ ਸਾਨੂੰ ਆ ਕੇ ਇੱਥੇ ਗਾਲਾਂ ਕੱਢ ਰਹੇ ਹੋ ਯਾਰ, ਹੱਦ ਹੈ ਯਾਰ। ਮੈਂ ਕੀ ਵਿਗਾੜਤਾ ਯਾਰ ਪੰਜਾਬ ਦਾ ਵੀ, 2.25 ਸਾਲ ਹੋ ਗਏ, 1 ਰੁਪਈਏ ਦਾ ਕੋਈ ਰਿਸ਼ਵਤ ਇਲਜ਼ਾਮ ਲਾ ਦੇ ਕੋਈ, ਜਿਉਂ ਲੱਗਦਾ ਤੜਕੀ ਉੱਠ ਕੇ ਗਾਲਾਂ ਕੱਢਣ, 43,000 ਨੌਕਰੀਆਂ ਦੇ ਕੇ ਆ ਬੈਠਾ, 43,000। ਮੈਂ ਕੱਲ੍ਹ ਇੱਧਰ ਗਿਆ ਸੀ ਪਰਸੋਂ ਬੁਲਾਡੇ ਵਾਲੇ ਪਾਸੇ, ਸਰਦੂਲਗੜ੍ਹ ਵਾਲੇ MLA ਨੇ ਦੱਸਿਆ, ਕਰੰਡੀ ਪਿੰਡ ਹੈ ਕਰੰਡੀ ਸਰਦੂਲਗੜ੍ਹ 'ਚ, ਇੱਕੋ ਪਿੰਡ 'ਚ 40 ਨੌਕਰੀਆਂ ਮਿਲ ਗਈਆਂ, 40। ਆਮ ਗਰੀਬ ਘਰ ਦੇ ਮੁੰਡੇ ਕੁੜੀਆਂ, ਕੋਈ ਪਟਵਾਰੀ ਲੱਗ ਗਿਆ, ਕੋਈ ਇੰਸਪੈਕਟਰ ਬਣ ਗਿਆ, ਕੋਈ ਪੈਸਾ ਨਹੀਂ ਲੱਗਿਆ। ਬਿਜਲੀ ਦਾ ਬਿੱਲ 0 ਆਉਂਦਾ, ਐਂ ਆਉਂਦਾ ਰਹੂਗਾ, ਤੇ ਖੇਤਾਂ ਵਾਲੀ ਬਿਜਲੀ ਦਿਨੇ ਆਉਂਦੀ ਹੈ,
ਬਾਕੀ ਸਾਰੇ ਅਫਸਰਾਂ ਦੇ ਦਫ਼ਤਰ ਦਿਨੇ ਲੱਗਦੇ ਆ 9 ਤੋਂ 5, ਕੱਲਾ ਕਿਸਾਨ ਦਾ ਦਫ਼ਤਰ ਰਾਤ ਨੂੰ 2 ਵਜੇ ਲਾਉਂਦੇ ਆ, ਕਹਿੰਦੇ 1:30 ਵਜੇ ਬਿਜਲੀ ਆਊ, ਲਾਓ ਨਾ ਪਹਿਲਾਂ ਸੌਣ ਜੋਗਾ ਨਾ ਬਾਅਦ 'ਚ ਉਹ। ਮੈਂ ਕਿਹਾ ਦਿਨੇ ਦਿਓ ਬਿਜਲੀ, ਦਿਨੇ ਬਿਜਲੀ ਆ ਰਹੀ ਹੈ, ਬਿਜਲੀ ਆਮ ਹੈ। ਮੈਂ ਰੋਜ਼ ਬਿਜਲੀ ਬੋਰਡ ਨਾਲ ਡਾਟਾ ਲੈਂਦਾ ਸਵੇਰੇ ਉੱਠ ਕੇ, ਪਹਿਲਾਂ ਹੁੰਦਾ ਸੀ 2 ਦਿਨ ਦਾ ਕੋਲਾ ਰਹਿ ਗਿਆ ਜੀ, 3 ਦਿਨ ਦਾ ਕੋਲਾ ਰਹਿ ਗਿਆ ਜੀ। ਇਸ ਵਕਤ ਗੋਇੰਦਵਾਲ ਸਾਹਿਬ ਜਿਹੜਾ ਆਪਾਂ ਥਰਮਲ ਪਲਾਂਟ ਖਰੀਦਿਆ ਸ਼੍ਰੀ ਗੁਰੂ ਅਮਰਦਾਸ ਜੀ ਦੇ ਨਾਂ 'ਤੇ, ਉਹਦਾ ਨਾਮ ਰੱਖਿਆ, 27 ਦਿਨ ਦਾ ਕੋਲਾ ਪਿਆ ਜੀ ਉੱਥੇ। ਲਹਿਰਾ ਮੁਹੱਬਤ 22 ਦਿਨ ਦਾ ਕੋਲਾ ਪਿਆ, ਰੋਪੜ 21 ਦਿਨ ਦਾ ਕੋਲਾ ਪਿਆ। ਕੋਲੇ ਦੀ ਕੋਈ ਪ੍ਰੋਬਲਮ ਨਹੀਂ, ਐਤਕੀ 21 ਤਰੀਕ ਦਿੱਤੀ ਹੈ 15 ਜੂਨ ਝੋਨੇ ਵਾਸਤੇ, ਬਿਜਲੀ ਆਮ ਹੈ, ਜਦੋਂ ਮਰਜ਼ੀ ਸੁੱਚ ਦੱਬ ਲਿਓ। ਕੱਸੀਆਂ ਦਾ ਪਾਣੀ ਵੀ ਆਊ ਬਾਬੇ, ਮੈਂ ਕਿਹਾ ਸੀ ਨਾ ਵੀ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੂੰਗਾ, ਹੋ ਗਿਆ ਨਾ ਕੰਮ, ਨਾਲੇ ਤਾਂ ਥੱਲੋਂ ਪਾਣੀ ਬਚੂ ਵੀਰੋ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਗੁਰੂ ਨਾਨਕ ਸਾਹਿਬ ਨੇ ਕਿਹਾ ਹੋਇਆ, ਥੋੜ੍ਹੇ ਜਿਹਾ ਉਹਨਾਂ ਦੇ ਬਚਨਾਂ 'ਤੇ ਆਪਾਂ ਪੂਰੇ ਉਤਰ ਜਾਵਾਂਗੇ। ਹੈ ਜੀ, ਹੈ ਜੀ, ਨਾ ਜੀ, ਆਪਾਂ ਪੁੰਨ ਤੁਸੀਂ ਖੱਟਿਆ, ਪੁੰਨ ਇਹ ਤੁਹਾਡਾ, ਤੁਸੀਂ ਮੈਨੂੰ ਉਹ ਪੈਨ ਦਿੱਤਾ ਜਿਹੜਾ ਮੈਂ ਪੈਨ ਤੁਹਾਡੇ ਹੱਕ 'ਚ ਚਲਾਈ ਜਾਂਦਾ। ਧਰਤੀ ਦਾ ਪਾਣੀ ਬਚੂ, ਧਰਤੀ ਦਾ ਪਾਣੀ ਬਚੂ। ਹਜੇ ਮੈਂ 62% 'ਤੇ ਪਹੁੰਚਿਆ, 62% 'ਤੇ ਪਹੁੰਚਿਆ, 21% ਸੀ ਜਦੋਂ ਸਰਕਾਰ ਸੰਭਾਲੀ ਸੀ, ਖੇਤਾਂ ਦਾ ਨਹਿਰੀ ਪਾਣੀ ਜਿਹੜਾ ਪਹੁੰਚ ਰਿਹਾ ਸੀਗਾ ਖੇਤਾਂ 'ਚ, 21%, 62 'ਤੇ ਆ ਗਏ, 70 'ਤੇ ਜਾਊਂਗਾ ਹੁਣ ਵੀਰੋ। 14.5 ਲੱਖ ਟਿਊਬਵੈੱਲ ਹੈ, 14.5 ਲੱਖ ਟਿਊਬਵੈੱਲ ਹੈ, ਉਹਦੇ 'ਚੋਂ ਜੇ 70% 'ਤੇ ਪਹੁੰਚਦੇ ਹਾਂ 5 ਲੱਖ ਦੇ ਕਰੀਬ ਬੰਦ ਹੋ ਜਾਣਗੇ ਟਿਊਬਵੈੱਲ, ਕਿਉਂਕਿ ਨਹਿਰੀ ਪਾਣੀ ਆ ਜੂਗਾ। 18,000 ਕਰੋੜ ਰੁਪਏ ਦੀ ਸਬਸਿਡੀ ਦਿੰਦਾ ਝੋਨੇ 'ਤੇ, ਜਿਹੜੀ ਬਿਜਲੀ ਦਿੰਦੇ ਹਾਂ ਆਪਾਂ ਮੁਫ਼ਤ ਪਿੰਡਾਂ 'ਚ, 14.5 ਲੱਖ ਟਿਊਬਵੈੱਲ ਹੈ ਅਤੇ 18,000 ਕਰੋੜ ਦੀ ਸਬਸਿਡੀ ਹੈ। ਜੇ 5 ਲੱਖ ਟਿਊਬਵੈੱਲ ਬੰਦ ਹੋ ਗਿਆ ਤਾਂ ਆਪਣੇ ਕੋਲ 6 ਤੋਂ 7 ਹਜ਼ਾਰ ਕਰੋੜ ਬਚ ਜੂਗਾ 18 'ਚੋਂ, ਅਤੇ 5,500 ਦਾ ਬਜਟ ਹੈ 1 ਸਾਲ ਦਾ, ਅਤੇ ਬਚੂਗਾ 6 ਤੋਂ 7 ਹਜ਼ਾਰ ਖਰਚਣਾ 5,500। ਉਹ ਸਕੀਮ ਬਸ ਮੇਰੀਆਂ ਉਂਗਲਾਂ 'ਤੇ ਪਈ ਹੈ, ਪੂਰਾ ਖਾਕਾ ਕਰੀ ਜਾਂਦੇ ਤਿਆਰ। ਮਾਵਾਂ ਭੈਣਾਂ ਨੂੰ ਜਿਹੜਾ 1,000 ਰੁਪਇਆ ਦੇਣਾ ਸੀ ਦਿਉਂਗਾ ਵੀ 1100 ਨਾਲੇ ਹੁਣ। ਜੇ ਮੈਂ ਉਈ ਬੱਲੇ ਬੱਲੇ ਕਰਾਉਣ ਵਾਸਤੇ ਸ਼ੁਰੂ ਕਰਨਾ ਹੁੰਦਾ, ਮੈਂ 2 ਮਹੀਨੇ ਪਹਿਲਾਂ ਵੋਟਾਂ ਤੋਂ ਸ਼ੁਰੂ ਕਰ ਦਿੰਦਾ ਸਕੀਮ, ਵੋਟਾਂ ਤੋਂ 2 ਮਹੀਨੇ ਬਾਅਦ ਬੰਦ ਕਰ ਦਿੰਦੇ, ਇਹ ਜਿਵੇਂ ਇਹ ਕਰਦੇ ਰਹੇ ਦੇ ਪਹਿਲਾਂ ਨਾ। ਜਦੋਂ 13 ਸ਼ੁਰੂ ਹੋ ਗਿਆ ਨਾ ਪੈਸਾ ਆਉਣਾ, ਫਿਰ ਬੰਦ ਨਹੀਂ ਹੋਣਾ, ਬਿਜਲੀ ਦੇ ਬਿੱਲ ਵਾਂਗੂ 0 ਹੀ ਆਊਗਾ, ਉਧਰੋਂ ਫਿਰ 1100 ਆਊਗਾ ਹੀ ਆਊਗਾ। ਐਨ ਐਂ ਪਏ ਨੇ ਉਂਗਲਾਂ 'ਤੇ ਰੱਟੇ ਕੰਮ, ਮੈਂ ਕੋਈ ਹੋਰ ਕੰਮ ਕਰਨਾ ਹੀ ਨਹੀਂ, ਮੈਂ ਤਾਂ ਇਸੇ ਕੰਮ 'ਤੇ ਹੁਣ ਤੜਕੇ ਉੱਠ ਕੇ ਪਰਮਾਤਮਾ ਦਾ ਸ਼ੁਕਰ ਕਰਦਾ। ਪਰਮਾਤਮਾ ਇੱਕ ਦਿਨ ਹੋਰ ਦਿੱਤਾ, ਇੱਕ ਦਿਨ ਹੋਰ ਮਿਲ ਗਿਆ ਪੰਜਾਬ ਦੀ ਸੇਵਾ ਕਰਨ ਨੂੰ, ਕਰਾਂਗੇ ਨਾ। ਮੈਂ ਕਿਸੇ ਖੱਡਾਂ 'ਚ ਹਿੱਸਾ ਪਾਉਣਾ, ਨਾ ਹੋਟਲਾਂ 'ਚ, ਨਾ ਢਾਬਿਆਂ 'ਚ, ਨਾ ਬੱਸਾਂ 'ਚ, ਮੈਂ ਤਾਂ ਲੋਕਾਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਪਾਉਣਾ ਬਸ, ਉਹ 'ਚ ਪਾਵਾਂਗੇ। ਜੇ ਮੇਰੇ ਸਾਈਨ ਕਰਕੇ ਕਿਸੇ ਘਰ ਦੀ ਕਬੀਲਦਾਰੀ ਲੀਹ 'ਤੇ ਚੜ੍ਹਦੀ ਹੈ, ਇੱਦੂ ਵੱਡਾ ਪੁੰਨ ਕੀ ਹੈ ਜੀ। ਆਹ ਮਾਵਾਂ ਭੈਣਾਂ ਬੈਠੀਆਂ ਨੇ, ਇਹਨਾਂ ਨੂੰ ਪੁੱਛ ਕੇ ਦੇਖੋ, ਇਨੂਆਂ ਨੇ ਨਾ ਇਨੂ ਇੱਥੋਂ ਵਾਲ ਝਾੜਤੇ, ਇਨੂਆਂ ਨੇ ਹਰ ਵਕਤ ਤੜਕੇ ਗੋਹੇ ਵਾਲਾ ਬੱਠਲ, ਦੁਪਹਿਰੇ ਚਰੀ ਵਾਲੀ ਪੰਡ, ਆਥਣੇ ਲੱਕੜਾਂ ਵਾਲੀ ਭਰੀ, ਸਿਰ 'ਤੇ ਕਈ ਪੀੜ੍ਹੀਆਂ ਤੋਂ ਹੀ ਭਾਰ ਨਹੀਂ ਲਿਆ ਕਦੇ।
ਇਹਨਾਂ ਦੇ ਘਰਾਂ ਦੀ ਗਰੀਬੀ, ਕੋਈ ਪੀਲਾ ਕਾਰਡ, ਲਾਲ ਕਾਰਡ, ਹਰਾ ਕਾਰਡ ਨਹੀਂ ਦੂਰ ਕਰ ਸਕਦਾ ਇਹਨਾਂ ਦੇ ਘਰਾਂ ਦੀ ਗਰੀਬੀ, ਇਹਨਾਂ ਦੇ ਬੱਚੇ ਦੂਰ ਕਰ ਸਕਦੇ ਨੇ ਜੇ ਉਹਨਾਂ ਨੂੰ ਪੜ੍ਹਾ ਕੇ ਅਫਸਰ ਬਣਾ ਦਈਏ। ਉਹ ਕਰੂੰਗਾ ਮੈਂ ਕੰਮ, ਬੱਚਿਆਂ ਨੂੰ ਅਫਸਰ ਬਣਾਊਂਗਾ, ਉਹ ਗਰੀਬੀਆਂ ਚੱਕਣਗੇ। ਸਕੂਲ ਬਣਾ ਰਿਹਾ ਗਰੀਬਾਂ ਵਾਸਤੇ। ਮੈਂ ਇੱਕ ਜੋ ਮੇਰਾ ਸੋਚਣ ਦਾ ਤਰੀਕਾ, ਮੈਂ ਗਰੀਬ ਲੋਕਾਂ ਦੀ ਮਜਬੂਰੀ ਨੂੰ ਮਰਜ਼ੀ 'ਚ ਬਦਲਣੀ ਚਾਹੁੰਦਾ। ਅੱਜ ਮਜਬੂਰੀ ਹੈ, ਜੇ ਬਿਮਾਰੀ ਠਮਾਰੀ ਹੋ ਜਾਏ ਪ੍ਰਾਈਵੇਟ 'ਚ ਇਲਾਜ ਕਰਾਉਣਾ ਪੈਂਦਾ, ਮਜਬੂਰੀ ਹੈ, ਕਿਉਂਕਿ ਸਰਕਾਰੀਆਂ 'ਤੇ ਯਕੀਨ ਨਹੀਂ ਰਿਹਾ। ਪਰ ਪੁਰਾਣੀਆਂ ਸਰਕਾਰਾਂ ਨੇ, ਸਰਕਾਰੀ ਹਸਪਤਾਲਾਂ 'ਚ ਮਸ਼ੀਨਾਂ ਨਹੀਂ, ਡਾਕਟਰ ਨਹੀਂ, ਟੈਸਟ ਨਹੀਂ ਹੁੰਦੇ, ਮਜਬੂਰੀ ਹੈ। ਜ਼ਿੰਦਗੀ ਹਰੇਕ ਜਿਉਣੀ ਚਾਹੁੰਦਾ, ਚਲੋ ਯਾਰ ਕਿੱਲਾ ਵੇਚ ਦਿੰਦੇ ਹਾਂ ਜਾਂ ਮਾਂ ਦੀਆਂ ਵਾਲੀਆਂ ਵੇਚ ਦਿੰਦੇ, ਇਲਾਜ ਤਾਂ ਕਰਾਉਣਾ, ਇਹ ਮਜਬੂਰੀ ਹੈ, ਮਜਬੂਰੀ ਹੈ ਗਰੀਬ ਦੀ। ਆਪਦੇ ਬੱਚੇ ਨੂੰ ਪ੍ਰਾਈਵੇਟ 'ਚ ਪੜ੍ਹਾਉਣਾ ਪੈਂਦਾ ਕਿ ਚਲੋ ਆਪਦੀ ਤਾਂ ਜਿਹੋ ਜਿਹੀ ਲੰਘੀ ਲੰਘੀ ਜਵਾਕ ਪੜ੍ਹਾ ਲਈਏ, ਸਰਕਾਰੀ 'ਤੇ ਯਕੀਨ ਨਹੀਂ ਰਿਹਾ ਸੀ। ਸੋ ਵੀਰੋ, ਆਉਣ ਵਾਲੇ ਕੁਛ ਮਹੀਨਿਆਂ ਤੱਕ ਇਹ ਮਜਬੂਰੀ ਨੂੰ ਮੈਂ ਮਰਜ਼ੀ 'ਚ ਬਦਲ ਦੂੰਗਾ। ਤੁਹਾਡੀ ਮਰਜ਼ੀ ਹੋਊਗੀ, ਇਲਾਜ ਸਰਕਾਰੀ 'ਚ ਕਰਾਉਣਾ ਸਰਕਾਰੀ 'ਚ ਕਰਾ ਲਓ, ਪ੍ਰਾਈਵੇਟ 'ਚ ਕਰਾਉਣਾ ਪ੍ਰਾਈਵੇਟ 'ਚ ਕਰ ਲਓ, ਇਲਾਜ ਇੱਕੋ ਜਿਹਾ ਹੀ ਹੋਊਗਾ, ਪਰ ਸਰਕਾਰੀ 'ਚ ਪੈਸੇ ਨਹੀਂ ਲੱਗਣੇ। ਇਸੇ ਤਰ੍ਹਾਂ ਹੀ ਸਕੂਲਾਂ ਦੀ ਹੈ, ਮਰਜ਼ੀ ਹੋਊਗੀ, ਸਰਕਾਰੀ 'ਚ ਪੜ੍ਹਾਉਣਾ ਸਰਕਾਰੀ 'ਚ ਪੜ੍ਹਾ ਲਓ, ਪ੍ਰਾਈਵੇਟ 'ਚ ਪੜ੍ਹਾਉਣਾ ਪ੍ਰਾਈਵੇਟ 'ਚ ਪੜ੍ਹਾ ਲਓ, ਪੜ੍ਹਾਈ ਇੱਕੋ ਜਿਹੀ ਹੋਊਗੀ, ਉੱਧਰ ਪੈਸੇ ਲੱਗਣਗੇ, ਇੱਧਰ ਪੈਸੇ ਵੀ ਨਹੀਂ ਲੱਗਦੇ। ਸੋ ਵੀਰੋ, ਆਹ ਮੈਂ ਸੋਚ ਰਿਹਾ ਲੋਕਾਂ ਵਾਸਤੇ ਆਉਣ ਵਾਲੇ ਦਿਨਾਂ 'ਚ। ਉਹਦੇ ਵਾਸਤੇ ਮੈਨੂੰ ਦੇਖੋ ਲੜੀ ਜਾਂਦਾ, ਮੈਂ ਸੁਪਰੀਮ ਕੋਰਟ 'ਚ ਲੜਨਾ ਪੈਂਦਾ, ਸੈਂਟਰ ਨਾਲ ਲੜਨਾ ਪੈਂਦਾ, ਪੈਸੇ ਰੋਕ ਲੈਂਦੇ ਆਪਣੇ, ਜਿਹੜਾ ਹੱਕ ਬਣਦਾ ਪੰਜਾਬ ਦਾ, ਗਵਰਨਰ ਨਾਲ ਲੜਨਾ ਪੈਂਦਾ। ਲੜੂੰਗਾ ਮੈਂ, ਪਰ ਮੈਨੂੰ ਤੁਸੀਂ 13 ਹੱਥ ਦਿਓ, 13 ਐਸੇ ਮੁੱਠੀ ਬੰਦ ਕਰਕੇ ਇਨਕਲਾਬ ਜਿੰਦਾਬਾਦ ਦਾ ਨਾਰਾ ਲਾਉਣ ਵਾਲੇ ਹੱਥ ਦਿਓ, ਜਿਹੜੇ ਭਾਰਤ ਦੀ ਪਾਰਲੀਮੈਂਟ 'ਚ ਜਾ ਕੇ ਜਦੋਂ ਇੱਦਾਂ ਗੱਜਣ ਨਾ, ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਹੋਊਗੀ 1 ਰੁਪਈਆ ਵੀ ਪੰਜਾਬ ਦਾ ਰੋਕ ਕੇ ਦਿਖਾ ਦੇ। ਨਹੀਂ ਨਹੀਂ ਉਹ ਮੈਨੂੰ ਪਤਾ, ਮੈਨੂੰ ਤੁਹਾਡੇ 'ਤੇ ਮਾਣ ਹੈ। ਸੰਗਰੂਰ ਦਾ ਨਾਂ ਤਾਂ ਜਦੋਂ ਆਉਂਦਾ ਦੁਨੀਆ ਭਰ 'ਚ, ਸੰਗਰੂਰ ਵਾਲੇ ਭਾਈ ਉਹ ਤਾਂ ਇਨਕਲਾਬੀ ਲੋਕ ਨੇ ਭਾਈ। ਸੋ ਤੁਹਾਡੇ ਬਾਰੇ ਤਾਂ ਕੋਈ ਮੈਨੂੰ ਕੋਈ ਸ਼ੱਕ ਸ਼ੁਬਾ ਨਹੀਂ। ਸੋ ਮੈਂ ਅਤੇ ਪਿੰਡਾਂ ਦਾ ਮੇਰੇ ਕੋਲ ਨਕਸ਼ੇ ਬਣੇ ਪਏ ਨੇ, ਸ਼ਹਿਰਾਂ ਦੇ ਸੀਵਰੇਜ ਦੀ ਪ੍ਰੋਬਲਮ, ਸਾਰੇ ਸ਼ਹਿਰਾਂ ਦੀ, ਮੌੜ, ਮਾਨਸਾ, ਬੁਲਾਡਾ, ਕਿਉਂਕਿ ਇਹਨਾਂ ਨੇ ਸੀਵਰੇਜ ਪਹਿਲਾਂ ਮਾੜਾ ਪਾਇਆ, ਉਹ ਪਾਈਪਾਂ ਟੁੱਟ ਗਈਆਂ, ਜਰ ਲੱਗ ਗਈ, ਹੁਣ ਉਹ ਤੋਂ ਬਾਅਦ ਨਵਾਂ ਪਾਇਆ ਨਹੀਂ, ਸ਼ਹਿਰ ਵੱਧ ਗਿਆ ਅੱਗੇ। ਸੋ ਹੁਣ ਇਹ ਤਾਂ ਨਵਾਂ ਹੀ ਇਨਫਰਾਸਟਰਕਚਰ ਟਰਾਈ ਕਰਨਾ ਪਊਗਾ। ਹੁਣ ਆ ਰਹੀ ਹੈ ਇੰਡਸਟਰੀ ਆਪਣੇ ਕੋਲ, ਬਹੁਤ ਇੰਡਸਟਰੀ ਆ ਰਹੀ ਹੈ। ਮੈਂ ਉਹਨਾਂ ਨੂੰ ਇਹੀ ਕਹਿਣਾ ਹੁੰਦਾ ਕਿ ਭਾਈ ਤੁਸੀਂ ਹੁਣ ਇੱਧਰ ਇਹ ਨਾ ਸੋਚਿਓ ਕਿ ਇਕੱਲੇ ਲੁਧਿਆਣੇ ਹੀ ਆਉਣਾ, ਜੇ ਲੁਧਿਆਣੇ ਤੋਂ ਬਿਨਾਂ ਵੀ ਆਉਣਾ ਤਾਂ ਹਟੂਰੀ ਆ ਜਾਓ, ਸਾਡੇ ਕੋਲ ਸੰਗਰੂਰ ਆ ਜਾਓ। ਆਹ ਸਿੱਧਾ ਜਾਂਦਾ ਰਸਤਾ ਦਿੱਲੀ ਨੂੰ, 2.5 ਘੰਟਿਆਂ ਦਾ ਰਾਹ ਹੈ ਦਿੱਲੀ ਇੱਥੋਂ, ਠੀਕ ਹੈ ਨਾ। ਸੋ ਹੁਣ ਟਾਟਾ ਸਟੀਲ ਆ ਗਿਆ, ਟਾਟਾ ਸਟੀਲ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸਟੀਲ ਦਾ ਪਲਾਂਟ ਜਮਸ਼ੇਦਪੁਰ ਤੋਂ ਬਾਅਦ ਲੁਧਿਆਣੇ ਲਾਉਣ ਲੱਗੇ ਨੇ ਟਾਟਾ ਸਟੀਲ ਵਾਲੇ, ਕੁਹਾੜੇ ਕੋਲ ਜਾ ਕੇ ਦੇਖ ਕੇ ਆਇਓ। 90 ਕਿਸਾਨ ਕੈਚਅਪ ਬਣਦੀ ਹੈ ਹਿੰਦੁਸਤਾਨ ਲੀਵਰ ਦੀ, ਕਿਸਾਨ ਕੈਚਅਪ ਵੀਰੋ, 10,000 ਮੀਟ੍ਰਿਕ ਟਨ ਟਮਾਟਰ ਚਾਹੀਦਾ ਉਹਨਾਂ ਨੂੰ। ਪੰਜਾਬ 'ਚੋਂ ਕਿੰਨਾ ਲੈਂਦੇ ਆ? 500 ਮੀਟ੍ਰਿਕ ਟਨ। 9,500 ਮੀਟ੍ਰਿਕ ਟਨ ਟਮਾਟਰ ਨਾਸਿਕ ਤੋਂ ਲਿਆਉਣਾ ਪੈਂਦਾ ਮਹਾਰਾਸ਼ਟਰ 'ਚੋਂ।
ਮੈਂ ਕਿਹਾ ਵੀ ਅਸੀਂ ਪੈਦਾ ਕਰਕੇ ਦਿੰਦੇ ਹਾਂ। ਕਹਿੰਦੇ ਜੀ ਉਹ ਕੁਆਲਿਟੀ ਦਾ ਇੱਥੇ ਅਸੀਂ ਟਰਾਈ ਨਹੀਂ ਕੀਤਾ। ਮੈਂ ਯੂਨੀਵਰਸਿਟੀ ਦਾ ਜਿਹੜਾ VCC PAU ਦਾ ਉਹਨੂੰ ਬਿਠਾਇਆ, ਮੈਂ ਗੱਲ ਕਰੋ ਕਿਹੜਾ ਕਿਹੜਾ ਇਹੋ ਜਿਹਾ ਬੀਜ ਆ ਉਹ ਜਿਹੜਾ ਪੰਜਾਬ ਦੀ ਧਰਤੀ 'ਤੇ ਉੱਗਦਾ ਨਹੀਂ, ਇਹੋ ਜਿਹਾ ਦੱਸਿਓ ਕਿਹੜਾ। ਉਹਨਾਂ ਨੇ ਦੱਸਿਆ ਲੈ ਹੁਣ ਤੁਸੀਂ ਦੇਖਿਓ 10,000 ਦਾ 10,000 ਮੀਟਰਿਕ ਟਨ ਅਮਰਗੜ੍ਹ ਤੋਂ, ਬਾਗੜੀਆਂ ਤੋਂ, ਆਹ ਤੁਹਾਡੇ ਵਾਲਾ ਇਲਾਕਾ ਭਾਸੋਂ, ਮਲੋਹ, ਭਵਾਨੀਗੜ੍ਹ 'ਚ ਇੱਥੋਂ ਟਮਾਟਰ ਪੈਦਾ ਕਰਕੇ ਦੇਵਾਂਗੇ, ਅਤੇ ਨਾਲੇ ਤਾਂ ਆਪਣਾ ਝੋਨੇ ਤੋਂ ਖਹਿੜਾ ਛੁੱਟੂ, ਅਤੇ ਨਾਲੇ ਕਿਸਾਨ ਦਾ ਜਿਹੜਾ ਫੂਡ ਪ੍ਰੋਸੈਸਿੰਗ ਦਾ ਜਿਹੜਾ ਹੈ ਉਹ ਸੁਪਨਾ ਪੂਰਾ ਹੋਊਗਾ। ਐਂ ਕਰਨਾ ਪਊਗਾ ਕੰਮ, ਇਹ ਤੂੰ ਇੰਨਾ ਵਾਂਗੂ ਨਹੀਂ ਹੈਗਾ ਵੀ ਨਹਿਰਾਂ ਆਪਦੇ ਖੇਤ ਹੀ ਲੈ ਜਾਓ, ਬੱਸਾਂ ਆਪਦੀਆਂ ਹੀ, ਢਾਬੇ ਆਪਣੇ ਹੀ, ਅਤੇ ਹਾਲਤ ਵੀ ਦੇਖ ਲਓ ਫਿਰ ਹੁਣ ਕੀ ਹੈ, ਕੀ ਹਾਲਤ ਹੋਈ ਪਈ ਅਕਾਲੀ ਦਲ ਦੀ। ਉਹ ਜੀਪ ਜੀ ਤਲਵਾਰ ਰੱਖੀ ਹੈ ਛੱਤ ਜੀ, ਉਹਨੇ ਧੁੱਪ ਲੱਗਦੀ ਹੈ ਨਾ ਕਦੇ ਬਾਹਰ ਨਿਕਲੇ ਨਹੀਂ ਧੁੱਪ 'ਚ, ਕਾਕਾ ਜੀ ਨੇ ਟੈਂਪਰੇਚਰ ਪੁੱਛ ਕੇ ਜਾਂਦੇ ਆ ਬਾਹਰ, ਸਾਡੇ ਵੀ ਅਫਸਰ ਕਈ ਹੈਗੇ ਨਾ ਨਾਲ ਉਹਨਾਂ ਦੇ ਲੱਗੇ ਹੋਏ, ਉਹ ਕਹਿੰਦਾ ਐਂ ਅੰਗਰੇਜ਼ੀ 'ਚ ਪੁੱਛਦੇ ਹਾਓ ਮੱਚ ਇਜ਼ ਦਾ ਟੈਂਪਰੇਚਰ, ਕਿ ਸਰ 45 degrees, ਓ ਮਾਈ ਗੋਡ ਇਟਸ ਟੂ ਹੋਟ। ਜਦੋਂ 30-32 ਹੋਇਆ ਉਦੋਂ ਦੱਸਿਓ ਘੰਟੇ ਕੁ ਵਾਸਤੇ ਪੰਜਾਬ ਬਚਾਵਾਂਗੇ, ਫਿਰ ਜਦੋਂ ਤੱਕ 30-32 ਹੁੰਦਾ ਉਦੋਂ ਤੱਕ ਮੈਂ ਅੱਧਾ ਪੰਜਾਬ ਕੱਢ ਦਿੰਦਾ, ਆਪਣੀ ਕੀ ਰੀਸ ਕਰਨਗੇ, ਆਪਾਂ ਬੋਰ ਵਾਲੇ ਟੋਇਆਂ 'ਚੋਂ ਨਿਕਲੇ ਹੋਏ ਹਾਂ। ਸੋ ਵੀਰੋ ਵਲੰਟੀਅਰਾਂ 'ਚ ਆਪਸ 'ਚ ਹੋ ਸਕਦਾ ਛੋਟੇ ਮੋਟੇ ਸਿੱਕਵੇ ਹੋਣ ਆਪਸ 'ਚ, ਉਹ ਬਾਅਦ 'ਚ ਕਰ ਲਾਂਗੇ, ਪਰਿਵਾਰ 'ਚ ਹੋ ਜਾਂਦੇ ਨੇ, ਪਰ ਇੱਕ ਵਾਰ ਆਹ 4 June ਵਾਲਾ ਕੰਡਾ ਕੱਢੋ, ਬਹੁਤ ਜ਼ਰੂਰੀ ਹੈ, ਸਾਰਾ ਦੇਸ਼ ਪੰਜਾਬ ਵੱਲ ਦੇਖ ਰਿਹਾ ਹੁਣ। ਔਰ ਤਾਂ ਮੋਦੀ ਦੀ ਹੋ ਰਹੀ ਹੈ ਛੁੱਟੀ, ਇੰਡੀਆ ਅਲਾਇੰਸ ਦੀ ਬਣ ਰਹੀ ਹੈ ਸਰਕਾਰ, ਪੰਜਾਬ ਦਾ ਬਹੁਤ ਵੱਡਾ ਹਿੱਸਾ ਪਊਗਾ ਸੈਂਟਰ ਸਰਕਾਰ 'ਚ, ਦੇਖਦੇ ਜਾਇਓ ਤੁਸੀਂ ਇਹਦੀ ਕਿਸਮਤ ਚੰਗੀ ਹੈ ਉਮੀਦ ਦੀ। ਮੈਂ ਤੁਹਾਨੂੰ ਦੱਸ ਦਿੰਦਾ, 32 ਦੰਦ ਨੇ ਮੇਰੇ ਵੀ, ਲਾਈਟ ਮੱਥੇ ਲੱਗਦੀ ਹੈ, ਇਹਨੇ ਬਣ ਜਾਣਾ, ਵੱਡਾ ਬਣ ਜਾਣਾ ਇਹਨੇ ਕੰਮ, ਕਿਸਮਤ ਆ ਨਾ ਹੁਣ ਕੀ ਕਰੀਏ, ਉਹਨਾਂ ਦੀ ਕਿਸਮਤ ਮਾੜੀ ਹੈ ਅਸੀਂ ਕੀ ਕਰੀਏ। ਮਲੂਕਾ ਛੱਡ ਗਿਆ, ਪ੍ਰਾਹੁਣਾ ਕੱਢਤਾ, ਉਹ ਕਹਿੰਦੇ ਹੁਣ ਅੱਜ ਮੈਨੂੰ ਸਵੇਰੇ ਭੇਜਿਆ ਕਿਸੇ ਨੇ, ਕਹਿੰਦੇ ਸੁਖਬੀਰ ਨੇ ਆਪਦਾ ਜੀਜਾ ਕੱਢਿਆ, ਮਜੀਠਿਆ ਕਹਿੰਦਾ ਮੈਂ ਆਪਦੇ ਵਾਲੇ ਨੂੰ ਕੱਢੂ, ਹੁਣ ਇਹ ਜੀਜੋ ਜੀਜੀ ਹੋ ਗਏ, ਇਹਨਾਂ ਦੀ ਹਾਲਤ ਤਾਂ ਦੇਖ ਲਓ ਤੁਸੀਂ। ਸੋ ਵੀਰੋ ਇਹਨਾਂ ਦਾ ਪਤਾ ਕੀ ਹੈ, ਰੱਬ ਹੈ, ਪਰਮਾਤਮਾ ਹੈ, ਇਹਨਾਂ ਨੇ ਜਦੋਂ ਬਾਣੀ, ਜਦੋਂ ਬਾਣੀ ਗੁਰੂਆਂ ਦੀ ਸੱਚੀ ਧੁਰੋਂ ਜਿਹੜੀ ਆਈ ਹੋਈ ਹੈ, ਜਦੋਂ ਉਹ ਇਹਨਾਂ ਨੇ ਰੋਲੀ ਨਾ, ਉਦੋਂ ਬਾਅਦ ਇਹਨਾਂ ਦਾ ਸ਼ੁਰੂ ਹੋ ਗਿਆ ਡੌਲ। ਲੋਕ ਕਹਿੰਦੇ ਯਾਰ ਐਂ ਨਾ ਕਰੋ ਯਾਰ, ਤੁਸੀਂ ਬਾਬੇ ਨਾਨਕ ਦੀ ਤੱਕੜੀ ਕਹਿੰਦੇ ਹੋ ਅਤੇ ਉਸੇ ਬਾਬੇ ਨਾਨਕ ਦੀ ਬਾਣੀ ਰੋਲ ਦਿੰਦੇ ਹੋ, ਫਿਰ ਨਹੀਂ ਲੋਕਾਂ ਨੇ ਮੂੰਹ ਲਾਇਆ ਜੀ ਉਹਨਾਂ ਨੂੰ, ਜੋ ਮਰਜ਼ੀ ਕਚਹਿਰੀਆਂ ਚੱਲੀ ਜਾਣ ਕੇਸ, ਲੋਕਾਂ ਨੇ ਕਹਿਤਾ ਵੀ ਨਹੀਂ ਤੁਸੀਂ ਕੋਈ ਖਤਮ ਹੈ ਉਹ ਕੰਮ। ਕਾਂਗਰਸ ਵਾਲਿਆਂ ਦਾ ਊਂ ਨਹੀਂ ਪਤਾ ਲੱਗ ਰਿਹਾ ਕੌਣ ਕਿਹਦੇ ਨਾਲ ਲੜ ਰਿਹਾ, ਉਹ ਬਠਿੰਡੇ ਵਾਲਾ ਲੁਧਿਆਣੇ ਸੜਤਾ ਬੜਿੰਗ, ਖਡੂਰ ਸਾਹਿਬ ਵਾਲਾ ਇੱਥੇ ਸੰਗਰੂਰ ਫਿਰਦਾ, ਭਲੱਥ ਵਾਲਾ ਸੰਗਰੂਰ ਵਾਲਾ ਵਿਜੇਂਦਰ ਸਿੰਘ ਵਾਲਾ ਆਨੰਦਪੁਰ ਸਾਹਿਬ ਫਿਰਦਾ। ਉਹ ਮੈਂ ਇੱਕ ਨਾ CD 'ਚ ਕਰਿਆ ਸੀ ਕੰਮ, ਇਹ ਪਤਾ ਕਿਉਂ ਬਦਲੇ ਨੇ, ਆਪਦੇ ਆਪਦੇ ਇਲਾਕਿਆਂ 'ਚ ਕੌਣ ਢਿੱਡ ਦਿੱਤੀ। ਮੈਂ ਉਦੋਂ ਇਹ ਕਿਹਾ ਸੀਗਾ ਕਿਸੇ CD 'ਚ ਕਿ ਕਿਸੇ ਟਾਈਮ 'ਤੇ ਰਾਜਨੀਤੀ ਸਾਡੀ ਇੰਨੀ ਵਧੀਆ ਹੁੰਦੀ ਸੀ
ਕਿ ਜਿਹੜਾ ਬੰਦਾ ਸੀਗਾ ਕੋਈ ਲੀਡਰ ਆਪਦੇ ਪਾਰਟੀ ਦੇ ਪ੍ਰਧਾਨ ਦੇ ਘਰੇ ਜਾ ਕੇ ਕਹਿੰਦਾ ਸੀ ਪ੍ਰਧਾਨ ਜੀ ਮੈਨੂੰ ਇਸ ਇਲਾਕੇ 'ਚੋਂ ਟਿਕਟ ਦਿਓ ਕਿਉਂਕਿ ਇਸ ਇਲਾਕੇ ਦੇ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ। ਮੈਂ ਕਿਹਾ ਕਹਿੰਦੇ ਤਾਂ ਹੁਣ ਵੀ ਨੇ ਪਰ ਉਲਟੇ ਕੰਮ ਵਾਸਤੇ। ਕਹਿੰਦਾ ਪ੍ਰਧਾਨ ਜੀ ਇਸ ਇਲਾਕੇ 'ਚੋਂ ਟਿਕਟ ਨਾ ਦੇ ਦਿਓ, ਇੱਥੇ ਤਾਂ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ। ਸੋਹਾਂ ਸੁੱਟਤੇ ਉੱਧਰਲਾ ਇੱਧਰ ਉੱਧਰਲਾ ਇੱਧਰ, ਕਹਿੰਦੇ ਜਾਣਦੇ ਨੇ ਇਹਨਾਂ ਨੂੰ ਉੱਥੇ। ਆਹ ਹਾਲ ਬੀਜੇਪੀ ਦਾ, ਚਲੋ ਵਿਚਾਰੇ ਉਈ ਆਏ ਨੇ ਤਾਂ ਉਹ ਤਾਂ ਉਈ ਚੈੱਕ ਕਰਨ ਆਏ ਨੇ ਵੀ ਉੱਗਦਾ ਕੋਈ ਬੀਜ ਜਾਂ ਨਹੀਂ। ਉਹਨੂੰ ਤਾਂ ਪਿੰਡਾਂ 'ਚ ਨਹੀਂ ਵੜਨ ਦਿੰਦੇ, ਕਿਸਾਨਾਂ ਨਾਲ ਪੇਚਾ ਪਿਆ ਹੋਇਆ ਉਹਨਾਂ ਦਾ। ਸੋ ਵੀਰੋ ਆਮ ਆਦਮੀ ਪਾਰਟੀ ਇੱਕ ਵਲੰਟੀਅਰ ਮੈਂ ਆਇਆ ਇੱਧਰੋਂ, ਮੇਰੇ ਮੂਹਰੇ 100-200 ਮੋਟਰਸਾਈਕਲ ਲੱਗੇ ਹੋਏ ਸੀ ਔਰ ਮੈਨੂੰ ਇਹ ਵੀ ਪਤਾ ਹੈ ਆਪਦੇ ਪੱਲਿਓਂ ਤੇਲ ਪਵਾਇਆ ਹੋਊਗਾ। ਇਹ ਹੈ ਸਾਡੇ ਵਾਲੇ ਭਮੱਕੜ ਜਿਹੜੇ ਉਹ ਅਸਲੀ ਹੈ, ਜਿਹੜੇ ਪੰਜਾਬ ਨੂੰ ਸੱਚੀ ਮੁੱਚੀ ਪਿਆਰ ਕਰਦੇ ਹੈ। ਸੋ ਵੀਰੋ ਮੀਤ ਨੌਜਵਾਨ ਮੁੰਡਾ ਮਿਨਿਸਟਰ ਰਿਹਾ, ਕੰਮ ਕਰਨ ਦਾ ਪਤਾ ਹੈ, ਅਫਸਰਾਂ ਤੋਂ ਕੰਮ ਕਰਾਉਣ ਦਾ ਪਤਾ ਹੈ, ਵਿਧਾਨ ਸਭਾ 'ਚ ਬੋਲਣ ਦਾ ਪਤਾ ਹੈ, ਤਾਂ ਉੱਥੇ ਜਾ ਕੇ ਗੱਜੂਗਾ। ਜਿਵੇਂ ਪਹਿਲਾਂ ਸੰਗਰੂਰ ਤੋਂ ਤੁਸੀਂ ਮੈਨੂੰ ਭੇਜਿਆ ਸੀ, ਆ ਗਏ ਸੀ ਨਾ ਨਜ਼ਾਰੇ ਜਦੋਂ ਮੈਂ ਉੱਠਦਾ ਸੀਗਾ ਬੀਜੇਪੀ ਵਾਲੇ ਕੰਨਾਂ 'ਤੇ ਉਹ ਲਾ ਲੈਂਦੇ ਸੀ ਵੀ ਲੈ ਪੰਗਾ ਪਾਓ ਹੁਣ ਕੋਈ ਇਹ। ਹਾਂ ਮੈਨੂੰ, ਮੈਂ ਜਦੋਂ ਕਹਿੰਦਾ ਸੀ ਟਾਈਮ, ਸਪੀਕਰ ਵੀ ਕਹਿੰਦੇ ਸੀ ਇਹਨੂੰ ਦੇ ਦਿਓ ਯਾਰ 2 ਮਿੰਟ ਨੂੰ ਪੀਲੀ ਪੱਗ ਵਾਲੇ ਨੂੰ, ਜੇ ਨਾ ਦਿੱਤੇ ਇਹ 2 ਘੰਟੇ ਚੱਲਣ ਨਹੀਂ ਦਿੰਦਾ ਫਿਰ। ਸੋ ਬੜੇ ਕੰਮ ਕਰਾਏ ਨੇ ਜੀ, ਬੜੇ ਉਦੋਂ ਸੈਂਟਰ ਤੋਂ ਪ੍ਰੋਜੈਕਟ ਲਿਆ ਦਿੰਦੇ ਨੇ, ਪੈਸੇ ਹਿਸਾਬ ਦਿੱਤਾ। ਧੂਰੀ ਵਾਲਾ ਉਹ ਸੂਆ ਸੀਗਾ, ਕਿੱਡੀ ਕੁ ਗੱਲ ਸੀ ਜੀ, ਸੂਆ ਢੱਕਣਾ ਸੀ, ਢੱਕਤਾ ਨਾ, ਹੁਣ ਤਾਂ ਉੱਤੇ ਸੈਰ ਕਰਦੇ ਆ ਲੋਕ। ਹੁਣ ਇੱਕੋ ਰੇਲਵੇ ਦਾ ਰਹਿ ਗਿਆ, ਉਹ ਤੁਹਾਡੇ ਨਾਲ ਸਲਾਹ ਕਰਕੇ ਕਰ ਲਾਂਗੇ, ਜਿਵੇਂ ਕਹੋਗੇ ਉਵੇਂ ਕਰ ਲਾਂਗੇ। ਧੂਰੀ ਦੇ ਹਸਪਤਾਲ ਦਾ ਬੁਰਾ ਹਾਲ ਸੀ, ਉਹ ਕਰਨ ਲੱਗਿਆ। ਲਾਇਬ੍ਰੇਰੀ ਬਹੁਤ ਸ਼ਾਨਦਾਰ ਬਣ ਰਹੀ ਹੈ, UPSC ਦੀ ਪੜ੍ਹਾਈ ਵੀ ਇੱਥੇ ਹੋਇਆ ਕਰੂਗੀ, DC ਬਣਨਗੇ ਜਵਾਕ। ਘਨੌਰੀ ਬਣ ਗਈ ਲਾਇਬ੍ਰੇਰੀ, ਘਨੌਰੀ। ਉਹ ਮੈਨੂੰ ਆਏ ਮੁੰਡੇ, ਸਾਨੂੰ ਮੁੰਡੇ ਮਿਲੇ, ਉਹ ਕਿੱਥੋਂ ਦੇ ਸੀਗੇ, ਉਹ ਕਹਿੰਦੇ ਸੀਗੇ ਜੀ ਅਸੀਂ ਆਪਦਾ ਸਾਂਭ ਸੰਭਾਲ ਆਪ ਕਰਾਂਗੇ, ਬੁਢਲਾਡੇ ਨਹੀਂ ਮਾਨਸਾ ਕਹਿੰਦੇ ਮੇਰੇ ਖਿਆਲ 'ਚ, ਵੀ ਮੈਂ ਸਾਡੇ ਲਾਇਬ੍ਰੇਰੀ ਧੂਰੀ ਵਰਗੀ ਲਾਇਬ੍ਰੇਰੀ ਬਣਾ ਦਿਓ ਜੀ, ਮੈਂ ਬਣਾ ਦਿੰਦੇ। ਸੋ ਮੈਂ ਤੁਹਾਨੂੰ ਦੱਸੀ ਜਾਂਦਾ, ਤੁਹਾਨੂੰ ਲੋਕ ਪੁੱਛਣ ਆਇਆ ਕਰਨਗੇ, ਇੱਥੇ ਦੇਖਣ ਆਇਆ ਕਰਨਗੇ ਵੀ ਇਹਦੇ ਵਰਗਾ ਸਾਡਾ ਬਣਾ ਦਿਓ ਜੀ। ਜਿਹੜਾ ਵੀ ਪਹਿਲਾਂ ਸਭ ਤੋਂ ਪਹਿਲਾਂ ਕੋਈ ਕੰਮ ਕਰਨਾ, ਇੱਕ ਤੁਹਾਡਾ ਨੁਮਾਇੰਦਾ ਹੋਣ ਦੇ ਨਾਤੇ ਸਭ ਤੋਂ ਪਹਿਲਾਂ ਮੈਂ ਧੂਰੀ ਕਰੂੰਗਾ। ਧੂਰੀ ਦੇ ਲੋਕਾਂ ਨੂੰ ਜਦੋਂ ਪਤਾ ਲੱਗ ਗਿਆ ਵੀ ਹਾਂ ਬਹੁਤ ਵਧੀਆ ਚੀਜ਼ ਹੈ, ਫਿਰ ਤੁਸੀਂ ਹੋਰ ਦੱਸੋਗੇ, ਹੋਰ ਦੇਖਣ ਆਉਣਗੇ। ਤਾਂ ਹੈ ਨਜਾਇਜ਼ ਪਰਚੇ ਬੰਦ ਕਰਤੇ, ਕੋਈ ਪੁਲਿਸ ਨੂੰ ਦੇਤੀਆਂ ਸਭ ਤੋਂ ਵਧੀਆ ਗੱਡੀਆਂ, ਸੜਕ 'ਤੇ ਸਭ ਤੋਂ ਵਧੀਆ ਗੱਡੀਆਂ ਇਸ ਵਕਤ ਕਿਹਦੇ ਕੋਲੇ ਨੇ, ਪੁਲਿਸ ਕੋਲੇ ਨੇ। SSF ਬਣਾਈ ਹੈ, ਸੜਕ ਸੁਰੱਖਿਆ ਫੋਰਸ, ਵੀਰੋ ਤੁਸੀਂ ਹੈਰਾਨ ਹੋ ਜਾਓਗੇ, 1 ਫਰਵਰੀ ਨੂੰ ਲਾਂਚ ਕੀਤੀ ਹੈ। ਮਾਰਚ ਅਪ੍ਰੈਲ 15 ਤੱਕ ਦਾ ਮੈਨੂੰ ਡਾਟਾ ਦਿੱਤਾ ਰਹੇ, 15 ਮਈ ਤੱਕ ਦਾ, 3.5 ਮਹੀਨੇ ਦਾ। ਪਹਿਲਾਂ 17 ਬੰਦੇ ਰੋਜ਼ ਮਰਦੇ ਸੀ ਪੰਜਾਬ 'ਚ ਐਕਸੀਡੈਂਟ 'ਚ, ਔਨ ਦਾ ਸਪੋਟ 17, ਮਤਲਬ 500 ਮਹੀਨੇ ਦਾ, 500 ਮਤਲਬ 6000 ਹੋ ਗਿਆ ਸਾਲ ਦਾ। ਆਹ 3 ਮਹੀਨਿਆਂ 'ਚ ਉਹਨਾਂ ਨੇ, 3 ਮਹੀਨਿਆਂ 'ਚ ਜੇ 500 ਦੀ ਅਗਰ ਪਾਈਏ 1500 ਬੰਦਾ ਮਰਦਾ, 249 ਬੰਦੇ ਮਰਿਆ, 1250 ਦੀ ਜਾਨ ਬਚਾਤੀ ਜਨਾਬ SSF ਨੇ।
ਨਾਲ ਦੀ ਨਾਲ ਉਹ ਗੱਡੀਆਂ ਤਗੜੀਆਂ ਦਿੱਤੀਆਂ ਹੋਈਆਂ ਨੇ, ਉਹਨੂੰ ਪਰਾਂ ਕਰ ਦਿੰਦੇ ਨੇ ਕੋਈ ਟਰੱਕ ਟਰੁੱਕ ਖੜਾ। ਪਹਿਲਾਂ ਆਪਾਂ ਖਬਰਾਂ ਕੀ ਪੜ੍ਹਦੇ, ਟਰੱਕ ਖੜਾ ਖਰਾਬ ਹੋਇਆ, ਥੱਲੇ ਗੱਡੀ ਵੜ ਗਈ, ਸਾਰਾ ਟੱਬਰ ਖਤਮ, ਇੱਦਾਂ ਦੀਆਂ ਖਬਰਾਂ ਆਉਂਦੀਆਂ ਹੁੰਦੀਆਂ ਸੀ। ਹਾਂ, 5 ਤੋਂ 6 ਮਿੰਟ ਦਾ ਉਹਨਾਂ ਦਾ ਐਵਰੇਜ ਹੈ। ਸਾਰੇ ਹਸਪਤਾਲ ਜਿੰਨੇ ਵੀ ਹਾਈਵੇ 'ਤੇ ਨੇ, ਪ੍ਰਾਈਵੇਟ ਚਾਹੇ, ਉਹਨਾਂ ਨੂੰ ਕਿਹਾ ਹੋਇਆ ਕਿ ਤੁਸੀਂ ਇਲਾਜ ਕਰਨਾ, ਪੈਸਿਆਂ ਦਾ ਬਾਅਦ 'ਚ ਦੇਖਾਂਗੇ, ਅਸੀਂ ਆਪੇ ਸਭ ਕਰ ਲਾਂਗੇ, ਕਿਹੜਾ ਬੰਦੇ ਦੀ ਜਾਨ ਬਚਾਓ ਤੁਸੀਂ ਬਸ। ਜੇ ਕੰਮ ਕਰਨੇ ਹੋਣ ਸੱਚੀ ਨੀਅਤ ਨਾਲ ਤਾਂ ਕੰਮ ਹੋ ਸਕਦੇ ਨੇ। ਇੱਥੇ ਬਿਜਲੀ ਦਾ, ਇੱਥੇ ਪਾਣੀ ਦਾ ਹੋ ਗਿਆ, ਕਣਕ ਦਾ, ਇੱਕ ਇਹਨਾਂ ਨੇ ਫਾਹ ਫਲਾ ਰੱਖੀ ਹੈ, ਨਾ ਜੀ ਤਾਂ ਕਣਕ ਕਟਾਉਣ, ਨੋ, ਜਿੰਨੀ ਗਰੀਬਾਂ ਨੂੰ ਕਣਕ ਚਾਹੀਦੀ ਹੈ ਓਨੀ ਉਹ ਕਣਕ ਮਿਲੂਗੀ। ਕਈ ਇਹੋ ਜਿਹੇ ਹੈਗੇ ਨੇ ਕਰਕੇ ਸਾਥੋਂ ਪਿਸਾਈ ਨਹੀਂ ਹੁੰਦੀ ਜੀ, ਜੇ ਉਹ ਆਟਾ ਚਾਹੁਣਗੇ ਤਾਂ ਆਟਾ ਦੇ ਦਾਂਗੇ, ਪਰ ਉਹ ਉਹਨਾਂ ਦੀ ਮਰਜ਼ੀ ਹੈ। ਜੋ ਕਹਾਉਣਗੇ ਨਹੀਂ ਅਸੀਂ ਤਾਂ ਕਣਕ ਲੈਣੀ ਹੈ, ਕਣਕ ਦੇਵਾਂਗੇ। ਔਰ ਇਸ ਵਾਰ ਜਿਹੜੀ ਮੰਡੀ 'ਚ ਕਣਕ ਆਈ ਹੈ ਉਹੀ ਦੇਣੀ ਹੈ, ਕੋਈ ਸੁਸਰੀ ਲੱਗੀ ਹੋਈ ਜਾਂ ਕੋਈ ਮਿੱਟੀ ਵਾਲੀ ਨਹੀਂ ਦੇਣੀ, ਜਿਹਨੂੰ ਡੰਗਰ ਵੀ ਨਹੀਂ ਖਾਂਦੇ। ਪਤਾ ਹੈ ਨਾ ਮੈਨੂੰ ਸਾਰਾ, ਮੈਂ ਰਿਹਾ ਨਾ, ਮੈਂ ਗਰੀਬੀਆਂ ਦੇਖੀਆਂ ਹੋਈਆਂ ਨੇ ਨਾ, ਸੋ ਇਸ ਕਰਕੇ ਤੁਹਾਡੇ ਕੋਲ ਆਇਆ। ਹੁਣ ਇਹ ਨਾ ਕਹਿ ਦਿਓ ਭਗਵੰਤ ਮਾਨ ਧੂਰੀ ਤਾਂ ਆ ਗਿਆ, ਜੇ ਕਿਤੇ ਇੱਧਰ ਢਟੋਗਲ ਆ ਜਾਂਦਾ, ਜੇ ਕਿਤੇ ਰੰਗੀਆਂ ਆ ਜਾਂਦਾ, ਇੱਧਰ ਕਾਂਜਲੇ ਆ ਜਾਂਦਾ, ਲੈ ਇਹਨੂੰ ਹੋਰ ਵੋਟਾਂ ਪਾ ਦਿੰਦੇ। ਵੀਰੋ ਮੈਂ ਵੋਟਾਂ ਆਪਦੇ ਵਾਸਤੇ ਨਹੀਂ ਮੰਗਣਾ, ਮੈਂ ਤੁਹਾਡੇ ਜਵਾਕਾਂ ਵਾਸਤੇ ਮੰਗਣਾ ਆ, ਮੈਂ ਫੇਰ ਆ ਜਾਊਂਗਾ ਤੁਹਾਡੇ ਕੋਲ। ਹੁਣ ਮੈਂ ਕੱਲ ਹਰੇਕ ਥਾਂ ਤਾਂ ਜਾ ਨਹੀਂ ਸਕਦਾ, ਪਰ ਮੈਂ ਕੋਸ਼ਿਸ਼ ਹੀ ਕਰਦਾ ਹੁੰਦਾ ਧੂਰੀ ਵਾਲੇ ਪਾਸਿਓਂ, ਤਾਂ ਮੈਨੂੰ ਇਹ ਤਸੱਲੀ ਵੀ ਰਹਿੰਦੀ ਹੈ ਵੀ ਧੂਰੀ ਵਾਲੇ ਤਾਂ ਆਪਣੇ ਨੇ, ਤੁਸੀਂ ਤਾਂ, ਤੁਹਾਨੂੰ ਤਾਂ ਪਤਾ, ਤੁਸੀਂ ਤਾਂ ਕਹਿੰਦੇ ਹੋ ਕਿ ਭਾਈ ਤੂੰ ਉੱਥੇ ਹੋਰ ਥਾਵੇਂ ਦੇਖ ਲੈ, ਪਹਿਲਾਂ ਵੀ ਐਂ ਹੋਇਆ, ਬੈਠਾ ਭਰਾ ਆ ਆਪਣਾ ਗੋਲਡੀ, ਇਹ ਤਾਂ ਧੂਰੀ ਹੋਈ ਸੀ, ਮੈਂ ਸਾਰੇ ਪੰਜਾਬ ਜਾਂਦਾ ਸੀ, ਇਹਨੇ ਨੰਗੇ ਪੈਰੀ ਵੀ ਕਹਿੰਦਾ ਸੀ ਕੰਪੇਨ ਕਰਾਂਗੇ, ਮੈਂ ਕਿਹਾ ਉਹ ਠੰਡ ਆ, ਉਹ ਬਿਮਾਰ ਨਾ ਹੋ ਜਾਈ ਕਿਤੇ, ਹੈ ਨਾ, ਇਹ ਚੱਲਦਾ ਰਹਿੰਦਾ ਵੋਟਾਂ ਦਾ, ਮੈਂ ਕਿਹਾ ਠੀਕ ਹੈ ਨਾ, ਪਰ ਤੁਹਾਡਾ ਪਿਆਰ ਹੈ। ਪਰ ਇਹ ਮੁੰਡਾ ਮੈਨੂੰ ਇਸ ਗੱਲੋਂ ਚੰਗਾ ਲੱਗਿਆ, ਇੱਕ ਤਾਂ ਇਹ ਯੂਨੀਵਰਸਿਟੀ ਦੀ ਰਾਜਨੀਤੀ 'ਚੋਂ ਨਿਕਲਿਆ ਹੋਇਆ, ਇੱਕ ਤਾਂ ਦਿਲ ਸੱਚਾ ਹੈ, ਇਹ ਕਹਿੰਦਾ ਜੇ ਮੈਂ ਕੰਮ ਕਰਨਾ ਚਾਹੁੰਦਾ ਮੇਰੀ ਪਾਰਟੀ ਨਹੀਂ ਮੈਨੂੰ ਕਰਨ ਦਿੰਦੀ, ਬਹੁਤ ਮਿਹਨਤੀ ਮੁੰਡਾ ਹੈ, ਹੈ ਨਾ, ਪਰ ਆਮ ਆਦਮੀ ਪਾਰਟੀ 'ਚ ਮਿਹਨਤੀਆਂ ਨੂੰ ਆਪਾਂ ਉਹਦੀ ਨਾਲ ਦੀ ਨਾਲ ਉਹਨਾਂ ਨੂੰ ਮੌਕਾ ਦਿੰਦੇ ਹਾਂ ਅਤੇ ਚਲੋ ਵੀ ਕੰਮ ਕਰੋ। ਇਹ ਦੋਨੋਂ ਯੂਨੀਵਰਸਿਟੀ 'ਚ ਰਹੇ ਨੇ, ਮੀਤ ਅਤੇ ਆਪਣਾ ਗੋਲਡੀ, ਯੂਨੀਵਰਸਿਟੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਉੱਥੋਂ ਸ਼ੁਰੂ ਹੋਏ ਨੇ, ਬੇਸ ਬਹੁਤ ਵਧੀਆ ਮਿਲ ਗਿਆ ਉੱਥੋਂ। ਮਾਲਵਿੰਦਰ ਕੰਗ ਹੈ ਜਿਹੜਾ ਆਪਣਾ ਅਨੰਦਪੁਰ ਸਾਹਿਬ ਲੜ ਰਿਹਾ, ਉਹ ਵੀ ਯੂਨੀਵਰਸਿਟੀ 'ਚੋਂ ਆਇਆ। ਸੋ ਯੂਨੀਵਰਸਿਟੀ 'ਚੋਂ ਸੁਖਾਨੰਦ ਯੂਨੀਵਰਸਿਟੀ 'ਚੋਂ ਆਇਆ ਆਪਣਾ ਬਾਗੇ ਪੁਰਾਣੇ ਵਾਲਾ। ਯੂਨੀਵਰਸਿਟੀਆਂ 'ਚੋਂ ਨਾ ਸਟੂਡੈਂਟ ਕਲਚਰ 'ਚ ਪਤਾ ਲੱਗ ਜਾਂਦਾ ਕਿ ਲੋਕਾਂ ਦੇ ਹੱਕਾਂ ਲਈ ਕਿਵੇਂ ਲੜੀਦਾ ਹੁੰਦਾ। ਸੋ ਤਾਂ ਕਰਕੇ ਇਹ ਤੁਹਾਡਾ ਪਿਆਰ ਹੈ, ਤੁਹਾਡਾ ਪਿਆਰ ਹੈ, ਅਤੇ ਨਾਲ ਇਹ ਵੀ ਕਿਹਾ ਜਿੱਥੇ ਮਰਜ਼ੀ ਡਿਊਟੀ ਲਾ ਦਿਓ, ਜੀ ਕਹਿੰਦਾ ਮੇਰੇ ਤਾਂ ਭਾਵੇਂ ਪੋਸਟਰ ਲਾਉਣ ਦੀ ਡਿਊਟੀ ਲਾ ਦਿਓ, ਮੈਂ ਤਾਂ ਉਹ ਵੀ ਨਿਭਾ ਦੂੰਗਾ। ਇਹ ਹੁੰਦੀ ਹੈ ਡੈਡੀਕੇਸ਼ਨ, ਇਸੇ ਨਾਲ ਚੱਲਣਾ ਆਪਾਂ ਨੇ। ਬਾਕੀ ਉਹਨਾਂ ਦੇ ਤਾਂ 65 ਸਾਲ ਦੇ ਯੂਥ ਦੇ ਪ੍ਰਧਾਨ ਨੇ, ਸਾਰੀ ਉਮਰ ਯੂਥ ਹੀ ਰਹਿੰਦੇ ਨੇ ਉਹ ਤਾਂ। ਹਾਂ, ਇੱਥੇ ਵੀ ਦੇਖ ਲਓ, ਇੱਕ ਬਜ਼ੁਰਗ ਮੈਨੂੰ ਮਿਲਿਆ, ਮੈਨੂੰ ਕਹਿੰਦਾ ਪੁੱਤ ਵੱਡੇ ਢੀਂਡਸੇ ਤੋਂ 3 ਸਾਲ ਵੱਡਾ। ਮੈਂ ਕਿਹਾ ਅੱਛਾ, ਕੀ ਤੱਤ ਕੱਢਿਆ ਜ਼ਿੰਦਗੀ ਦਾ? ਤੱਤ ਕਹਿੰਦਾ, ਕਹਿੰਦਾ 35-40 ਸਾਲ ਵੱਡੇ ਦੇ ਪੈਰੀਆਂ ਹੱਥ ਲਾਈ ਗਏ, ਉਦੋਂ ਬਾਅਦ ਕਹਿੰਦਾ ਛੋਟਾ ਆ ਗਿਆ ਉਹਦੇ ਲਾਈ ਗਏ, ਵਿੱਚੋਂ ਬੀਬਾ ਜੀ ਵੀ ਆ ਗਏ,
ਉਹਦੇ ਲੈ ਗਏ, ਕਹਿੰਦੇ ਵਿੱਚ ਦੀ ਸਾਲ ਡੇਢ ਸਾਲ ਹੈਰੀ ਚੈਰੀ ਹੋਰੀ ਵੀ ਲਵਾ ਗਏ, ਕਹਿੰਦਾ ਹੁਣ ਤਾਂ ਕਹਿੰਦਾ ਐਂ ਪੈਰੀਆਂ ਥਲਾਉਂਦੇ ਰਹਿੰਦੇ, ਭਲਾ ਡੱਡੀ ਪੂ ਦੀ ਬੱਸ ਵਾਂਗੂ ਟੇਢੇ ਹੀ ਹੋ ਗਏ ਹੁਣ ਤਾਂ ਬਸ। ਉਹ ਮੈਂ ਕਿਹਾ ਓਏ ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਦਿਨ ਬਦਲ ਜਾਣਗੇ, ਆ ਗਿਆ। ਸੋ ਵੀਰੋ ਹੰਕਾਰ ਨਹੀਂ ਚੱਲਦਾ ਹੁੰਦਾ, ਅੱਜ ਬੀਜੇਪੀ ਹੰਕਾਰ ਦੀ ਗੱਲ ਕਰਦੀ ਹੈ, ਭਾਰਤੀ ਜਨਤਾ ਪਾਰਟੀ ਹੰਕਾਰ 'ਚ ਹੈ। ਕੀ ਕਹਿ ਕੇ ਗਿਆ ਅਮਿਤ ਸ਼ਾਹ ਗ੍ਰਹਿ ਮੰਤਰੀ ਲੁਧਿਆਣੇ, 4 ਤਾਰੀਖ ਕੋ ਬੀਜੇਪੀ ਕੋ ਵੋਟ ਦਿਓ, 4 ਤਾਰੀਖ ਕੋ ਭਗਵੰਤ ਮਾਨ ਕੀ ਸਰਕਾਰ ਤੋੜ ਦੂੰਗਾ। ਕਿਵੇਂ ਤੋੜ ਦੇਗਾ ਬਾਈ ਤੂੰ, ਕੋਈ ਡੱਕਾ ਹੈ ਇਹ? ਤੋੜ ਦੇਗਾ ਸਰਕਾਰ 92 ਨੇ, 92 ਦੇ 92 ਕਹਿਣ ਚਟਾਨ ਵਾਂਗੂ ਖੜੇ ਨੇ। ਇਹ ਤੁਸੀਂ ਹੋਰ ਹੋਵੋਗੇ ਜਾਂ ਜਿਹੜੇ ਹੋਰ ਸੂਬਿਆਂ 'ਚ ਖਰੀਦ ਖਰੂ ਲੈਂਦੇ ਹੋਵੋਗੇ ਉਹਨਾਂ ਨੂੰ, ਆਮ ਆਦਮੀ ਪਾਰਟੀ ਵਾਲੇ ਕਿਸੇ ਹੋਰ ਮਿੱਟੀ ਦੇ ਬਣੇ ਹੋਏ, ਸਰਕਾਰ ਤੋੜ ਦੂੰਗਾ, ਤੂੰ ਆਪਦੀ ਬਚਾ। ਹਾਂ ਉਹ ਖਰਗੋਸ਼ ਨੂੰ ਕਿਸੇ ਨੇ ਕਿਹਾ, ਸਹੇ ਨੂੰ, ਕਹਿੰਦਾ ਅੱਜ ਮੀਟ ਬਣਾਈਏ, ਉਹ ਕਹਿੰਦਾ ਆਪਦਾ ਬਚ ਰਹੇ ਉਹੀ ਬਹੁਤ ਹੈ। ਹਾਂ 4 ਤਰੀਕ ਨੂੰ ਆਪ ਨਹੀਂ ਆ ਰਿਹਾ, ਹੁਣ ਕਹਿਣੋ ਹਟ ਗਏ ਇਸ ਵਾਰ 400 ਪਾਰ, ਇਸ ਵਾਰ ਤਾਂ ਬੇੜਾ ਪਾਰ ਵੀ ਨਹੀਂ ਹੋ ਰਿਹਾ। ਸੋ ਇਸ ਕਰਕੇ ਵੀਰੋ ਇਹਨਾਂ ਦੇ ਪਿੱਛੇ ਨਹੀਂ ਲੱਗਣਾ, ਇਹ ਨਫ਼ਰਤੀ ਰਾਜਨੀਤੀ ਕਰਦੇ, ਨਫ਼ਰਤੀ, ਇਹ ਲੜਾਉਂਦੇ ਆ ਇੱਕ ਦੂਜੇ ਨਾਲ ਆਪਾਂ ਨੂੰ, ਇਹਨੂੰ ਇਹਦੇ ਵਿਰੁੱਧ ਲੜਾ ਦਿਓ, ਇਹਨੂੰ ਇਹ ਤੋਂ ਲੜਾ ਦਿਓ ਨਾ। ਮੈਂ ਕਿਹਾ ਗੱਲ ਸੁਣ ਲਓ, ਪੰਜਾਬ 'ਚ ਕੋਸ਼ਿਸ਼ ਨਾ ਕਰਿਓ, ਇਹ ਸਾਡਾ ਭਾਈਚਾਰਾ ਸਮਾਜਿਕ ਇੰਨਾ ਜ਼ਿਆਦਾ ਸਟਰੋਂਗ ਹੈ ਕਿ ਸਾਡੀਆਂ ਈਦਾਂ, ਸਾਡੀਆਂ ਸੰਗਰਾਂਦਾਂ, ਸਾਡੇ ਗੁਰਪੁਰਬ, ਸਾਡੀਆਂ ਹਨੂੰਮਾਨ ਜੈਂਤੀਆਂ, ਸਾਡੀਆਂ ਰਾਮਨੌਮੀਆਂ, ਸਾਡੀਆਂ ਕ੍ਰਿਸਮਸਾਂ ਸਭ ਸਾਂਝੀਆਂ ਨੇ, ਅਸੀਂ ਇਕੱਠੇ ਮਨਾਉਂਦੇ ਹਾਂ। ਇਹ ਕੋਸ਼ਿਸ਼ ਨਾ ਕਰਿਓ ਕਦੇ ਵੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਕੋਸ਼ਿਸ਼ ਨਾ ਕਰਿਓ ਕਿ ਤੋੜ ਦੋਗੇ ਤੁਸੀਂ। ਸੋ ਤਾਂ ਕਰਕੇ ਮੈਂ ਅੱਜ ਤੁਹਾਡੇ ਕੋਲ ਆਇਆ, ਬੜਾ ਵਧੀਆ ਲੱਗ ਰਿਹਾ, ਕਿੰਨੇ ਸ਼ਾਂਤੀ ਨਾਲ, ਕਿੰਨੇ ਪਿਆਰ ਨਾਲ ਸੁਣ ਰਹੇ ਹੋ, ਉਹਨਾਂ ਨੂੰ ਤਾਂ ਬੰਦੇ ਹੀ ਨਹੀਂ ਲੱਭ ਰਹੇ। ਆਹ ਤੁਸੀਂ ਦੇਖਿਆ ਪਟਿਆਲੇ ਆਇਆ ਸੀ ਮੋਦੀ, 400 ਰੁਪਇਆ ਦਿਹਾੜੀ 'ਤੇ ਬੰਦੇ ਕਰ ਲਏ, 400 ਰੁਪਇਆ ਦਿਹਾੜੀ ਨਹੀਂ ਦਿੱਤੀ ਉਹਨਾਂ ਦੀ, ਉਹ ਰੋਈ ਜਾਂਦੇ ਸੀ, ਕਹਿੰਦੇ ਸਾਥੋਂ ਮੋਦੀ ਮੋਦੀ ਕਰਾ ਕੇ, ਕਹਿੰਦੇ 400 ਨਹੀਂ ਦਿੱਤਾ ਸਾਨੂੰ। ਦੱਸੋ ਦਿਹਾੜੀ 'ਤੇ ਲੈ ਕੇ ਜਾਂਦੇ ਆ ਬੰਦੇ, ਹੱਦ ਹੈ। ਆ ਹੁਣ ਵੀ ਕਹਿੰਦੇ ਸਾਡੇ ਕੋਲ ਪੈਸੇ ਬਹੁਤ ਹੈ। ਆਹ ਅਰਵਿੰਦ ਖੰਨਾ ਤੁਹਾਡਾ MLA ਰਿਹਾ, ਤੋੜ ਨਿਭਾਈ ਇਹਨੇ, ਵਿਚਾਲ ਦੀ ਛੱਡ ਗਿਆ, ਕਹਿੰਦਾ ਮੈਂ ਤਾਂ ਆਪਦੇ ਬਿਜ਼ਨਸ ਦੇਖੂੰਗਾ, ਮੈਂ ਰਾਜਨੀਤੀ 'ਚੋਂ ਸੰਨਿਆਸ ਲੈਂਦਾ, ਹੁਣ ਆ ਕੇ ਕਹਿੰਦਾ ਮੈਂ ਰਾਜਨੀਤੀ 'ਚੋਂ। ਕੋਈ ਗੱਲ ਹੈ ਯਾਰ, ਕਦੇ ਮਰ ਜਾ ਚਿੜੀਏ, ਕਦੇ ਜਿਉਂ ਜਾ ਚਿੜੀਏ, ਐਂ ਲੋਕ ਵਿਹਲੇ ਹੀ ਬੈਠੇ ਯਾਰ, ਕਦੇ ਤੇਰੇ ਨਾਲ ਹੋ ਜਾਣ ਕਦੇ ਨਾ ਹੋਣ। ਸੋ ਇਹਨਾਂ ਨੂੰ ਵਿਹਲੇ ਕਰੋ, ਸਾਰਿਆਂ ਨੂੰ ਵਿਹਲੇ ਕਰੋ, ਇਹਨਾਂ ਨੂੰ ਗੱਲ ਹੀ ਬਾਤ ਨਹੀਂ, ਦੁਖੀ ਕੀਤੇ ਇਹਨਾਂ ਨੇ। ਸੋ ਆਪਾਂ ਇਕੱਠੇ ਰਹਿਣਾ, ਇੱਕ ਰਹਿਣਾ, ਏਕਾ ਰੱਖਣਾ, ਕੰਮ ਹੋਣ ਜਿਹੜੇ ਉਹ ਲਿਖ ਕੇ, ਚੰਡੀਗੜ੍ਹ ਹੋਣਾ ਚੰਡੀਗੜ੍ਹ ਆ ਜਾਓ, ਧੂਰੀ ਵਾਲਾ ਦਫ਼ਤਰ ਧੂਰੀ ਵਾਲਾ ਫੜਾ ਦਿਓ, ਜਾਂ ਕੋਈ MLA ਜਾਂ ਕੋਈ ਕੋਈ ਤੁਹਾਨੂੰ ਜਿਹੜਾ ਵੀ ਬੰਦਾ ਮਿਲਦਾ ਫੜਾਓ, ਕੰਮ ਆਇਆ ਅਚਾਨਕ ਹੋਣ। ਮੈਂ ਕੋਈ ਮੰਗ ਪੱਤਰ ਛੱਡਦਾ ਨਹੀਂ ਹੈਗਾ, ਮੈਂ ਮੰਗ ਪੱਤਰ ਲੈਂਦਾ ਪਰ ਉੱਤੇ ਫੋਨ ਨੰਬਰ ਲਿਖਿਆ ਹੋਵੇ, ਉਹ ਤੋਂ ਬਾਅਦ ਉਹਨਾਂ ਨਾਲ ਗੱਲ ਕਰਦੇ ਹਾਂ। ਆਹ ਦਿੱਕਤ ਹੈ, ਮੈਂ ਤਾਂ ਰੱਖਣੇ ਹੀ ਰੱਖਣੇ ਨੇ, ਮੈਂ ਤਾਂ ਲੱਖਾਂ ਨੌਕਰੀਆਂ ਹਜੇ ਹੋਰ ਦੇਣੀਆਂ ਨੇ, ਹਸਪਤਾਲ ਬਣਾ ਰਹੇ ਹਾਂ, ਨੌਕਰੀਆਂ ਦੇਣੀਆਂ ਨੇ, ਡਾਕਟਰਾਂ ਦੀ ਲੋੜ ਪਊ, ਨਰਸਾਂ ਦੀ ਲੋੜ ਪਊ, ਸਟਾਫ ਦੀ ਲੋੜ ਪਊ, ਸਕੂਲ ਬਣਾ ਰਹੇ ਹਾਂ, ਟੀਚਰਾਂ ਦੀ ਲੋੜ ਪਊ, ਕਲਰਕਾਂ ਦੀ ਲੋੜ ਪਊ, ਸਾਰੇ ਮਤਲਬ ਕੈਂਪਸ ਮੈਨੇਜਰ ਦੀ ਲੋੜ ਪਊ, ਆਪਾਂ ਨੇ ਤਾਂ ਬਹੁਤ ਜ਼ਿਆਦਾ ਕੰਮ ਕਰਨਾ ਹੈ, ਹਜੇ ਤਾਂ ਸ਼ੁਰੂ ਹੋਣਾ। ਬਾਹਰੋਂ ਮੁੰਡੇ ਆਉਣ ਲੱਗ ਗਏ ਵਾਪਸ, ਇੱਥੇ ਆ ਕੇ ਕੰਮ ਕਰਨ ਲੱਗ ਗਏ। ਆਹ ਬੁਰਜ ਹਰੀ ਹੈ ਪਿੰਡ ਮਾਨਸਾ ਕੋਲੇ, 3 ਮੁੰਡੇ ਉੱਥੋਂ ਦੇ, ਇੱਕ ਮੁੰਡਾ ਰਾਏਪੁਰ ਮਾਖਾ ਦਾ,
ਚਾਰੇ ਮੁੰਡਿਆਂ ਨੇ ਪੰਜਵਾਏ ਨਾਂ ਦਾ ਇੱਕ ਨਾ ਵਾਟਰ ਪਾਰਕ ਬਣਾਇਆ ਭੁੱਚੋ ਦੇ ਨੇੜੇ। ਉਹ ਭੁੱਚੋ ਦੇ ਟਿੱਬਿਆਂ 'ਚ ਪਾਣੀ ਚਾੜਤਾ। 100 ਕਰੋੜ ਰੁਪਈਆ ਉਹਨਾਂ ਨੇ ਇਨਵੈਸਟ ਕੀਤਾ। 450 ਬੰਦਿਆਂ ਨੂੰ ਨੌਕਰੀ ਦੇ ਰਹੇ ਨੇ, 450 ਮੁੰਡੇ ਕੁੜੀਆਂ ਨੂੰ। ਮੈਂ ਕਿਹਾ ਆ ਜਾਓ ਕਰੋ ਕੰਮ, ਐਂ ਕਰਾਂਗੇ ਆਪਾਂ ਕੰਮ। ਮੈਂ ਪੰਜਾਬ ਦੇ ਧੀਆਂ ਪੁੱਤਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ, ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹੁੰਦਾ। ਜੋਬ ਪ੍ਰੋਵਾਈਡਰਸ, ਨੋਟ ਜੋਬ ਸੀਕਰਸ। ਸੋ ਇਸ ਕਰਕੇ ਤੁਹਾਡੇ ਕੋਲ ਅੱਜ ਆਇਆ। ਆਪਣਾ ਬਟਨ ਕਿੰਨੇ ਨੰਬਰ 'ਤੇ? 4 'ਤੇ। 4 ਨੰਬਰ 'ਤੇ ਆਪਣਾ ਬਟਨ ਹੈ। ਬਟਨ 4 ਨੰਬਰ 'ਤੇ ਆਉਣਾ, ਪਹਿਲੇ ਨੰਬਰ 'ਤੇ ਹੈ। ਅਤੇ ਬਸ ਬਟਨ ਦੱਬ ਕੇ ਝਾੜੂ ਵਾਲਾ, ਹੋਰ ਕਿਸੇ ਵਾਲੇ ਬਟਨ ਵੱਲ ਦੇਖਿਓ ਉਹਨਾਂ ਨੇ, ਤਾਂ ਚਿੱਟਾ ਮੋਤੀਆ ਉਤਰੇਗੂ ਅੱਖਾਂ 'ਚ। ਇਹ ਬਹੁਤ ਇਹਨਾਂ ਨੇ ਪਾਪ ਕੀਤੇ ਹੋਏ ਨੇ, ਉਹਨਾਂ ਦਾ ਚੋਣ ਨਿਸ਼ਾਨ ਬਿਨਾਂ ਦੇਖਿਓ। ਸੋ ਇਸ ਕਰਕੇ ਤੁਹਾਡੇ ਕੋਲ ਆਇਆ ਕਿ 4 ਤਰੀਕ ਨੂੰ ਫਿਰ 4 ਨੰਬਰ ਬਟਨ ਵਾਲਾ ਹੀ ਫਿਰ ਨਿਕਲੇ ਰਿਜ਼ਲਟ। ਅਤੇ ਹੈ ਜੀ ਕਿੱਕਲੀ, ਉਹ ਯਾਰ ਕਿਉਂ ਸੁਣੀ ਜਾਂਦੇ ਹੋ ਵਾਰ ਵਾਰ ਕਿੱਕਲੀ? ਉਹਨਾਂ ਦੀ ਜਾਨ ਪਈ ਹੈ ਨਿਕਲੀ। ਉਹ ਦੋ ਇੱਕ ਮੈਂ ਤੁਹਾਨੂੰ ਅੰਦਰਲੀ ਗੱਲ ਦੱਸਦਾ, ਅੱਗੇ ਨਾ ਕਰ ਦਿਓ ਗੱਲ, ਇੱਥੇ ਰੱਖਿਓ ਆਪਣੇ ਤੱਕ ਰੱਖਿਓ। ਦੋ ਅਫਸਰ ਨੇ ਜਿਹੜੇ ਇਹਨਾਂ ਦੇ ਨਾਲ ਲੱਗੇ ਹੋਏ ਨੇ, ਕਿਉਂਕਿ ਮੰਤਰੀ ਰਹੇ ਨੇ ਨਾ, ਇਸ ਕਰਕੇ ਅਫਸਰਾਂ ਡਿਊਟੀ ਲੱਗਦੀ ਹੈ, ਪ੍ਰੋਟੋਕੋਲ ਹੈ। ਮੈਂ ਇੱਕ ਨੂੰ ਪੁੱਛਿਆ, ਮੈਂ ਕਿਵੇਂ ਹੈ ਸੁਖਬੀਰ ਬਾਲ ਦਾ ਅਤੇ ਹਰਸਿਮਰਤ ਕੌਰ ਦਾ ਕੀ ਹਾਲ ਚਾਲ ਹੈ? ਉਹ ਕਹਿੰਦਾ ਜੀ ਬਸ ਕੀ ਦੱਸੀਏ, ਰੋ ਕੇ ਸੌਂਦੇ ਨੇ, ਉੱਠ ਕੇ ਰੋਂਦੇ ਨੇ, ਕੰਧਾਂ ਫੜਫੜ ਤੁਰਨ ਲੱਗ ਗਏ। ਕਹਿੰਦਾ ਉੱਤੋਂ ਤੁਸੀਂ ਕਿੱਕਲੀ ਪਾਤੀ, ਉਹਦੇ ਨਾਲ ਹੋਰ ਪੰਗਾ ਪੈ ਗਿਆ, ਲੜਾਈ ਹੋ ਗਈ ਘਰੇ। ਸੁਬੀਰੋ ਸੁਣਾ ਦਿੰਦਾ, ਮੈਨੂੰ ਤਾਂ ਕੋਈ ਨਹੀਂ, ਮੈਨੂੰ ਤਾਂ ਤੁਸੀਂ ਕਿਹਾ। ਉਹ ਚੀਜ਼ ਸਾਰੀ ਹਾਲਤ ਬਿਆਨ ਕੀਤੀ ਹੋਈ ਉਹਨਾਂ ਦੀ ਕਿ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਬੀਰ ਦੀ, ਸਮਝ ਕੁਛ ਆਵੇ ਨਾ, ਵੋਟ ਕੋਈ ਥਿਆਵੇ ਨਾ, ਉੱਡੇ ਮੱਖੀ ਨਾ ਪਿੰਡੇ ਤੋਂ, ਸਹੁੰ ਲੱਗੇ ਸੀਟ ਫਸ ਗਈ ਬਠਿੰਡੇ ਤੋਂ। ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ। ਰਿਸ਼ਵਤਖੋਰਾਂ ਨੂੰ ਕੋਈ ਢਿੱਲ ਨਹੀਂ, ਬਿਜਲੀ ਦਾ ਕੋਈ ਬਿੱਲ ਨਹੀਂ, ਕੱਸੀਆਂ ਸੂਹਿਆਂ 'ਚ ਪਾਣੀ ਹੈ, ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ। ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ, ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ। ਉਹ ਤੋਂ ਬਾਅਦ ਸਮਝੀ ਨਾ ਸੋਚੀ ਹੈ, ਫਿਰ ਅਕਾਲੀ ਦਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਹੈ। ਲੋਕ ਕਹਿੰਦੇ ਰੱਜੇ ਪੁੱਜੇ ਅਸੀਂ ਬੜੇ ਭੁੱਖੜ ਵੇ, ਲੋਕ ਕਹਿੰਦੇ ਰੱਜੇ ਪੁੱਜੇ ਅਸੀਂ ਬੜੇ ਭੁੱਖੜ ਵੇ, ਆ 2-3 ਦਿਨ ਪਹਿਲਾਂ ਪਾਰਟੀ ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਫੁੱਫੜ ਵੇ। ਮੇਰਾ ਸੁੱਕੀ ਜਾਏ ਖੂਨ ਵੇ, ਨਾ ਉੱਡੀ ਜਾਏ ਸਕੂਨ ਵੇ, ਜਿਉਂ ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ ਇੱਕ ਜੂਨ ਵੇ। ਅਸੀਂ ਮੌਜ ਬੜੀ ਲੁੱਟੀ ਹੈ, ਘੁੱਗੀ ਛਿੱਤਰ ਨਾਲ ਕੁੱਟੀ ਹੈ, ਪਰ ਹੁਣ ਸਾਡੀ ਜੜ ਸਤੌਜ ਵਾਲੇ ਮਾਨ ਨੇ ਪੁੱਟੀ ਹੈ। ਲੈ 4 ਤਰੀਕ ਨੂੰ ਧੂਰੀ ਵਾਲਿਓ, ਸਾਰੇ ਪੰਜਾਬ ਚੋਂ ਬਾਦਲ ਅਕਾਲੀ ਦਲ ਦੀ ਸਦਾ ਲਈ ਛੁੱਟੀ ਹੈ। ਬੋਲੇ ਸੋਨਿਹਾ, ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰ ਲਾ ਦੋ, ਇਨਕਲਾਬ ਇਨਕਲਾਬ, ਬੋਲੇ ਸੋਨਿਹਾਲ। ਬਹੁਤ ਆਰਾਮ ਨਾਲ ਜਾਇਓ, ਮਾਵਾਂ ਭੈਣਾਂ ਨੇ, ਬਜ਼ੁਰਗ ਨੇ, ਬੱਚੇ ਵੀ ਨੇ,
ਆਰਾਮ ਨਾਲ ਜਾਇਓ, ਜਦੋਂ ਕਹੋਗੇ ਉਦੋਂ ਮਿਲਦੇ ਰਹਾਂਗੇ। ਧੂਰੀ ਵਾਲਿਓ ਜ਼ਿੰਦਾਬਾਦ ਰਹੋ, ਆਬਾਦ ਰਹੋ।